700 ਦੇ ਕਰੀਬ ਬੱਚਾ ਉੱਥੇ ਬੈਠਾ ਰਿਆ 브੍ਰੈਮਟਨ 브੍ਰੈਮਟਨ ਹੁੰਦੀ ਹੈ ਪਰ ਕੱਖ ਕਹਿੰਦੇ 브੍ਰੈਮਟਨ ਚ ਨਹੀਂ ਹੈਗਾ ਕੈਨੇਡਾ ਨੂੰ 브੍ਰੈਮਟਨ ਮੰਨ ਲਿਆ ਜਿਹੜੀ 브੍ਰੈਮਟਨ ਦੀ ਬਾਉਂਡਰੀਜ਼ ਆ ਲੋਕਾਂ ਨੂੰ ਇੱਥੇ ਵੇ ਲੱਗਦਾ ਵੀ ਉਹੀ ਕੈਨੇਡਾ ਤਾਂ ਇਹ ਕਿ ਕਮੀ ਹੈ ਨਹੀਂ ਉੱਥੇ ਰੁਲੇ ਫਿਰਦੇ ਸੜਕਾਂ ਦੇ ਉੱਤੇ ਜਵਾਕ ਜਿਹੜੇ ਲਾਰਡ ਸਾਹਿਬ ਉੱਥੇ ਗਏ ਨੇ ਇੱਥੇ ਤਾਂ ਹੁਣ ਆਵਾਜ਼ ਮਾਰਤੀ ਵੀ ਲਿਆਓ ਜੀ ਪਾਣੀ ਲਿਆਓ ਰੋਟੀ ਲਾ ਦੇਓ ਜੀ ਡਾਈਨਿੰਗ ਡਿਨਰ ਟੇਬਲ ਤੇ ਸਾਰਾ ਕੁਝ ਹੋ ਗਿਆ ਉੱਥੇ ਜਾ ਕੇ ਜਦੋਂ ਆਪ ਕਰਨਾ ਪੈ ਰਿਹਾ ਫਿਰ ਉਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ ਕੰਮ ਹੀ ਨਹੀਂ ਮਿਲਣਾ ਉੱਥੇ ਜਾ ਕੇ ਪੈਸਾ ਨਹੀਂ ਕਮਾ ਸਕਣਾ ਉਹ ਵੀ ਤਾਂ ਪ੍ਰੈਸ਼ਰ ਐਡ ਕਰ ਰਿਹਾ ਸੁਸਾਈਡਸ ਕਿੰਨੇ ਹੋ ਰਹੇ ਆ ਇੱਕ ਮਾਈਂਡ ਸੈਟ ਹੈ ਇਥੋਂ ਚੜਨ ਵੇਲੇ ਜਹਾਜ ਵੀ ਬਸ ਕੈਨੇਡਾ ਜਾਣਾ ਹੈ ਅਸੀਂ ਤਾਂ ਹੀ ਜ਼ਿਆਦਾਤਰ ਬ੍ਰੈਮਟਨ ਬ੍ਰੈਮਟਨ ਹੋਈ ਜਾਂਦਾ ਅਸੀਂ ਮੇਨ ਪੰਜਾਬੀਆਂ ਨੇ ਮੁੱਦਾ ਬਣਾ ਲਿਆ ਵੀ ਬੱਚਾ ਕੈਨੇਡਾ ਪਹੁੰਚ ਗਿਆ that is the end of the story ਬੱਚਾ ਤੁਸੀਂ ਭੇਜਤਾ ਬ੍ਰੈਮਟਨ ਕਾਲਜ ਦੇ ਵਿੱਚ ਸਕਿੱਲ ਉਹਨੂੰ ਆਉਂਦੀ ਨਹੀਂ ਐਜੂਕੇਸ਼ਨ ਉਹਨੇ ਕਰਨੀ ਨਹੀਂ ਤੇ ਕੱਲੂ ਬੱਚਾ ਤੁਹਾਡਾ ਕਰੂਗਾ ਜੇ ਅੱਜ ਮੇਰਾ ਬੱਚਾ ਜਾਣਾ ਚਾਹੁੰਦਾ ਉਹ ਬ੍ਰੈਮਟਨ ਨਹੀਂ ਜਾ ਰਿਹਾ ਫਿਰ ਮੈਂ ਕਿੱਥੇ ਭੇਜਾਂ ਉਹਨ ਤੁਸੀਂ ਅੱਜ ਆ ਕੇ ਤਾਂ ਦੇਖੋ ਬ੍ਰੈਮਟਨ ਦੇ ਵਿੱਚ ਹਾਲ ਕੀ ਹੈ ਤੁਸੀਂ ਕੁੜੀਆਂ ਨੂੰ ਉੱਥੇ ਭੇਜ ਕੇ ਵੇਖੋ ਵੀ ਹਾਲ ਕੀ ਹੋ ਰਿਹਾ ਇਹੀ ਜੇ ਕੁੜੀਆਂ ਤੁਹਾਡੀਆਂ ਛੋਟੇ ਸ਼ਹਿਰਾਂ 'ਚ ਜਾ ਰਹੀਆਂ ਨੇ ਇੱਕ ਸੇਫ ਐਨਵਾਇਰਨਮੈਂਟ ਆ ਉੱਥੇ ਇੰਨਾ ਕੰਮ ਹੈ ਉੱਥੇ ਪੜਨ ਤੋਂ ਬਾਅਦ ਵੀ ਬੱਚੇ ਕੋਲੇ ਕਿਉਂ ਪਿੱਛੇ ਉਹਦੀਆਂ ਫੀਸਾਂ ਤਾਰ ਜਿਹੜੀਆਂ ਇਹ ਉਹਦਾ ਕਰਜ਼ੇ ਦੀ ਕਿਸ਼ਤ ਜਿਹੜੀ ਉਹ ਲਾ ਸਕੇ ਇਹੀ ਜੇ ਬੱਚਾ ਬ੍ਰੈਂਟਨ ਜਾ ਰਿਹਾ ਉਹ ਬੇਚਾਰਾ ਤਰਲੁਮੱਛੀ ਹੋਇਆ ਹੋਇਆ ਕੰਮ ਨਹੀਂ ਮਿਲ ਰਿਹਾ ਪਰ ਉੱਥੇ ਮੇਰੇ ਰਿਸ਼ਤੇਦਾਰ ਬੈਠੇ ਆ ਬੱਚਾ ਜਾਊਗਾ ਸੁਖੀ ਐ ਚਾਰ ਦਿਨੋਂ ਆਪਦੇ ਘਰੇ ਰੱਖਦੇ ਐ ਕੰਮ ਵੀ ਦਵਾ ਦਿੰਦੇ ਇਹੀ ਰਿਸ਼ਤੇਦਾਰਾਂ ਨਾਲ 2 ਸਾਲ ਤੱਕ ਕਲੇਸ਼ ਪੈ ਜਾਂਦੇ ਨੇ ਫਿਰ ਇੱਥੋਂ ਵਾਲੇ ਬੋਲਣੋਂ ਵੀ ਜਾਂਦੇ ਨੇ ਬੱਚੇ ਡਿਪਰੈਸ਼ਨ ਚ ਨੇ ਕਿ ਜਿਹੜੇ ਰਿਲੇਟਿਵਸ ਦੇ ਕੋਲ ਆਏ ਸੀਗੇ ਉਹ ਨਾਲੇ ਤਾਂ ਘਰ ਦਾ ਕੰਮ ਕਰਵਾ ਰਹੇ ਨੇ ਨਾਲੇ ਹੋਰ ਕਰ ਰਹੇ ਨੇ ਨਾਲੇ ਉਹਨਾਂ ਨੂੰ ਫ੍ਰੀडम ਨਹੀਂ ਦੇ ਰਹੇ ਬੱਚਿਆਂ ਨੂੰ ਪੜ੍ਹਾਈ ਦੇ ਮਾਈਂਡਸੈਟ ਵਾਲੇ ਬੱਚੇ ਰਹਿ ਗਏ ਪੰਜਾਬ 'ਚ ਤੁਹਾਨੂੰ ਲੱਗਦਾ ਸਾਡੇ ਵਾਲੇ 12th ਨੂੰ ਹੀ ਮੰਨ ਗਏ ਵੀ 12th ਕਰ ਲਈ ਬਸ ਦੈਟਸ ði ਐਂਡ ਆਫ ਥਿੰਗ ਇੱਕ ਜਿਹੜਾ ਇਹ ਹੁੰਦਾ ਨਾ ਪੰਜਾਬੀਆਂ ਦੀ ਮੈਂਟੈਲਿਟੀ ਕਿ ਦੇਖ ਲਾਂਗੇ ਦੇਖੀ ਜਾਊਗਾ ਇੱਕ ਵਾਰ ਜਵਾਕ ਨੂੰ ਪਹੁੰਚਦਾ ਕਰ ਦਈਏ ਪੰਜ ਦਿਨਾਂ ਬਾਅਦ ਚ ਦੇਖਾਂਗੇ ਪੀਅਰ ਤਾਂ ਹੋਏ ਜਾਊਗਾ ਪੀਆਰ ਮੈਂ ਕਹਿ ਰਿਹਾ ਕਿ ਕੈਨੇਡਾ ਦੀ ਮੁਸ਼ਕਲ ਹੋ ਰਹੀ ਹੈ ਬ੍ਰੈਮਟਨ ਝੌਕੀ ਹੈ ਸਾਰੇ ਕਿਤੇ ਹੀ ਬਹੁਤ ਜਗ੍ਹਾ ਤੇ ਔਖੀ ਹੋ ਰਹੀ ਹੈ ਕਿਉਂਕਿ ਨੰਬਰ ਆਫ ਜਿਹੜੇ ਸਟੂਡੈਂਟਸ ਉੱਤੇ ਪਹੁੰਚ ਗਏ ਨੇ ਤੇ ਜਿਹੜਾ ਨੰਬਰ ਪੀਆਰ ਦਾ ਹੈ ਉਹਦੇ ਵਿੱਚ ਬਹੁਤ ਵੱਡਾ ਮਿਸਮੈਚ ਹੈ 700 ਦੇ ਕਰੀਬ ਬੱਚਾ ਉੱਥੇ ਬੈਠਾ ਰਿਹਾ ਬ੍ਰੈਮਟਨ ਬ੍ਰੈਮਟਨ ਹੁੰਦੀ ਹੈ ਪਰ ਕੱਖ ਕਹਿੰਦੇ ਬ੍ਰੈਮਟਨ ਚ ਨਹੀਂ ਹੈਗਾ ਕਿਉਂ ਇੱਥੋਂ ਬ੍ਰੈਮਟਨ ਲੋਕ ਜਾ ਰਹੇ ਹੈ ਇਹਦਾ ਕਿਤੇ ਨਾ ਕਿਤੇ ਕਾਰਨ ਇਹ ਆ ਵੀ ਕੈਨੇਡਾ ਨੂੰ ਬ੍ਰੈਮਟਨ ਮੰਨ ਲਿਆ ਜਿਹੜੀ ਬ੍ਰੈਮਟਨ ਦੀ ਬਾਉਂਡਰੀਜ਼ ਆ ਲੋਕਾਂ ਨੂੰ ਇੱਥੇ ਇਹ ਲੱਗਦਾ ਵੀ ਉਹੀ ਕੈਨੇਡਾ ਉਸ ਤੋਂ ਬਾਹਰ ਕੈਨੇਡਾ ਨਹੀਂ ਹੈਗਾ ਕਿਸੇ ਟਾਈਮ ਦੇ ਵਿੱਚ ਜਦੋਂ ਲੈਂਗੁਏਜ ਇਸ਼ੂ ਸੀਗੇ ਆਪਣੇ ਬਜ਼ੁਰਗ ਜਾਂਦੇ ਸੀ ਉਹਨਾਂ ਨੂੰ ਬ੍ਰੈਮਟਨ ਦੇ ਵਿੱਚ ਇੱਕ ਥੋੜਾ ਜਿਹਾ ਕੰਫਰਟ ਲੈਵਲ ਮਿਲਦਾ ਸੀ ਬਟ ਜੇ ਅਸੀਂ ਸਟੂਡੈਂਟਸ ਨੂੰ ਦੇਖੀਏ ਇਹ ਤਾਂ ਦੇਖੋ ਇੱਥੋਂ ਆਇਲਸ ਦੇ ਕੇ ਜਾ ਰਹੇ ਨੇ ਲੈਂਗੁਏਜ ਸਕਿਲਸ ਇਹਨਾਂ ਕੋਲ ਹੈਗੀਆਂ ਨੇ ਫਿਰ ਅਸੀਂ ਆਪਣੇ ਆਪ ਨੂੰ ਕਿਉਂ ਰਿਸਟ੍ਰਿਕਟ ਕਰ ਲਿਆ ਬ੍ਰੈਮਟਨ ਦੇ ਲਈ ਜਿੱਥੇ ਜੇ ਅੱਜ ਤੁਸੀਂ ਹੌਸਪਟਲ ਨੂੰ ਐਮਰਜੈਂਸੀ ਰੱਬ ਨਾ ਕਰੇ ਐਮਰਜੈਂਸੀ ਹੋ ਜਾਵੇ ਹੌਸਪੀਟਲ ਦਾ ਵੇ ਇਨਫਰਾਸਟ੍ਰਕਚਰ ਤਾਂ ਬ੍ਰੈਮਟਨ ਦਾ ਉਹੀ ਆ ਨਾ ਉਹ ਤਾਂ ਗਰੋ ਨਹੀਂ ਕਰਿਆ ਜਿੰਨੀ ਪੋਪੂਲੇਸ਼ਨ ਉਥੋਂ ਦੀ ਗਰੋਥ ਹੋ ਗਈ ਹੈ ਅਗਰ ਤੁਸੀਂ ਕੈਨੇਡਾ ਦੇ ਬਾਹਰਲੇ ਸ਼ਹਿਰ ਚ ਦੇਖਦੇ ਹੋ ਬਾਹਰਲੇ ਇਵਨ ਟਾਊਨਸ ਚ ਦੇਖਦੇ ਹੋ ਉਥੇ ਕਿਤੇ ਜ਼ਿਆਦਾ ਬੈਟਰ ਓਪਰਚ्युनिटीਜ਼ ਨੇ ਬ੍ਰੈਮਟਨ ਨਾਲੋਂ ਬਟ ਅਫਸੋਸ ਕਿ ਜਿਹੜਾ ਬੰਦਾ ਪੰਜਾਬੀ ਪੰਜਾਬ ਤੋਂ ਮੂਵ ਹੋਣਾ ਚਾਹੁੰਦਾ ਉਹਦੇ ਮਨ ਚ ਪਹਿਲੇ ਦਿਨ ਤੋਂ ਹੀ ਆ ਵੀ ਮੈਂ ਜਾਣਾ ਬ੍ਰੈਮਟਨ ਬੰਦ ਸਾਹਿਬ ਇਹ ਤਾਂ ਨਿਰੇ ਝੂਠਾ ਵਾਲੀ ਗੱਲ ਕਿ ਜਿੰਨੇ ਹੁਣ ਵੀਡੀਓਜ਼ ਦੇਖ ਰਹੇ ਆ ਉਹਦਾ ਇਹ ਆ ਕਿ ਕੰਮ ਹੀ ਹੈ ਨਹੀਂ ਉਥੇ ਰੁਲੇ ਫਿਰਦੇ ਸੜਕਾਂ ਦੇ ਉੱਤੇ ਜਵਾਕ ਇਦੇ ਲਈ ਜਵਾਬ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਨੇ ਜੀ ਜਦੋਂ ਬੱਚਾ ਉਰੋਂ ਜਾਂਦਾ 12th ਕਰਕੇ ਉਹਦੇ ਕੋਲ ਕੋਈ ਆਪ ਦਾ ਸਕਿੱਲ ਲੈਵਲ ਉਹਨੇ ਡਿਵੈਲਪ ਨਹੀਂ ਕਰਿਆ ਹੁੰਦਾ ਹੁਣ ਕੈਨੇਡਾ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਮੇਰੇ ਪੇਰੈਂਟਸ ਦਾ ਆਪ ਦਾ ਬਿਜ਼ਨਸ ਹੈ ਉੱਥੇ ਕੈਨੇਡੀਅਨ ਕੁੜੀ ਵੈਲ ਸੈਟਲਡ ਪਰਿਵਾਰ ਦੀ ਉਹ 14 ਸਾਲ ਦੀ ਸੀ ਜਦੋਂ ਕੰਮ ਤੇ ਲੱਗੀ ਗੈਸ ਸਟੇਸ਼ਨ ਤੇ ਹੁਣ ਉਹਨੇ ਇਸ ਸਾਲ ਕਾਲਜ ਜਾਣਾ ਸੋ 14 ਸਾਲ ਤੋਂ ਲੈ ਕੇ ਉਹਨੂੰ ਆਲਮੋਸਟ 3 ਸਾਲ ਹੋ ਗਏ ਉੱਥੇ ਕੰਮ ਕਰਦੀ ਨੂੰ ਆਪਦੇ ਪੈਸਿਆਂ ਦੀ ਉਹਨੇ ਕਾਰ ਖਰੀਦੀ ਆਪਦੀਆਂ ਸਕਿੱਲਸ ਅਪਗ੍ਰੇਡ ਕਰੀਆਂ ਜਦ ਕਿ ਸਾਡੇ ਬੱਚਿਆਂ ਨੂੰ ਅਸੀਂ ਉਰੇ ਪ੍ਰੋਟੈਕਟ ਕਰਕੇ ਰੱਖਦੇ ਆ ਵੀ ਨਾ ਨਾ ਬਈ ਤੂੰ ਕੰਮ ਨਹੀਂ ਕਰਨਾ ਤੇਰਾ ਫੋਕਸ ਹੀ ਸਾਰਾ ਦਿਨ ਪੜ੍ਹਾਈ ਆ 12th ਤੱਕ ਅਸੀਂ ਉਹ ਪ੍ਰੋਟੈਕਸ਼ਨ ਰਹੀ ਫੇਰ ਪੇਰੈਂਟਸ ਮੰਨਣ ਨੂੰ ਰੈਡੀ ਹੈ ਨਹੀਂ ਕਿ ਸਕਿੱਲ ਨਹੀਂ ਆਉਂਦੀ ਹੁਣ ਉੱਥੇ ਕੁੜੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਿੰਪਲ ਕੁਕਿੰਗ ਨਹੀਂ ਆ ਰਹੀ ਮੁੰਡੇ ਜਾ ਰਹੇ ਨੇ ਕੁਕਿੰਗ ਨਹੀਂ ਆ ਰਹੀ ਫੇਰ ਜਿਹੜੇ ਲਾਰਡ ਸਾਹਿਬ ਉੱਥੇ ਗਏ ਨੇ ਇੱਥੇ ਤਾਂ ਹੁਣ ਆਵਾਜ਼ ਮਾਰਤੀ ਵੀ ਲਿਆਓ ਜੀ ਪਾਣੀ ਲਿਆਓ ਰੋਟੀ ਲਾ ਦਿਓ ਜੀ ਡਾਈਨਿੰਗ ਡਿਨਰ ਟੇਬਲ ਤੇ ਸਾਰਾ ਕੁਝ ਹੋ ਗਿਆ ਉੱਥੇ ਜਾ ਕੇ ਜਦੋਂ ਆਪ ਕਰਨਾ ਪੈ ਰਿਹਾ ਫਿਰ ਉਹਨਾਂ ਤੋਂ ਹੈਂਡਲਿੰਗ ਹੋ ਰਿਹਾ ਟਾਈਮ ਮੈਨੇਜਮੈਂਟ ਦੀ ਅਸੀਂ ਕਦੇ ਪੜਾਈ ਨਹੀਂ ਕਰਾਈ ਰਿਸਪੌਂਸਿਬਿਲਟੀ ਦੇਖੋ ਇੱਥੇ ਕੀ ਆ ਕਿ ਬੜਾ ਸਿਸਟਮ ਖਿੱਚਿਆ ਹੋਇਆ ਪੇਰੈਂਟਸ ਦਾ ਪ੍ਰੈਸ਼ਰ ਹੈ ਹਾਵਰਿੰਗ ਹੈ ਸਾਰਾ ਕੁਝ ਹੈ ਉੱਥੇ ਜਾ ਕੇ ਬੱਚੇ ਨੂੰ ਲੱਗਦਾ ਕਿ ਮੈਨੂੰ ਤਾਂ ਫ੍ਰੀडम ਮਿਲ ਗਈ ਮੈਂ ਕਿਸੇ ਨੂੰ ਜਵਾਬ ਦੇਣੀ ਹੈ ਬਟ ਜਿਹੜੀ ਫ੍ਰੀडम ਦੇ ਨਾਲ ਰਿਸਪੌਂਸਿਬਿਲਟੀ ਚਾਹੀਦੀ ਸੀਗੀ ਉਹ ਕਦੇ ਬੱਚੇ ਨੂੰ ਸਿਖਾਈ ਹੀ ਨਹੀਂ ਗਈ ਇਥੋਂ ਤੱਕ ਕਿਸੇ ਨੇ ਨਹੀਂ ਸਿਖਾਇਆ ਵੀ ਤੂੰ ਆਪਦੇ ਐਕਸ਼ਨਸ ਦੇ ਲਈ ਰਿਸਪਾਂਸਿਬਲ ਆ ਹੁਣ ਅੱਜ ਦੀ ਡੇਟ 'ਚ 12th ਵਾਲਾ ਬੱਚਾ ਕੋਈ ਟ੍ਰੈਫਿਕ ਪੁਲਿਸ ਵਾਲਾ ਫੜ ਲਵੇ ਉਹ ਰਾਈਟ ਵੇ ਆਪਦੇ ਫਾਦਰ ਨੂੰ ਫੋਨ ਲਾਂਦਾ ਵੀ ਡੈਡੀ ਜੀ ਨਾਲ ਕਰਿਓ ਗੱਲ ਬਿਲਕੁਲ ਉੱਥੇ ਤਾਂ ਡੈਡੀ ਜੀ ਨੇ ਗੱਲ ਨਹੀਂ ਕਰਨੀ ਨਾ ਹੂੰ ਉੱਥੇ ਜਾ ਕੇ ਫਿਰ ਇਹਨੂੰ ਲੱਗਦਾ ਵੀ ਅਸੀਂ ਤਾਂ ਸਿਸਟਮ 'ਚ ਫਸ ਗਏ ਵੀ ਇਹ ਤਾਂ ਉੱਥੇ ਫਿਰ ਇਹਨੂੰ ਸ਼ੌਕ ਲੱਗਦਾ ਜਿਹੜਾ ਐਕਚੁਅਲ 'ਚ ਇਹਨਾਂ ਦਾ ਕਿ ਰਿਐਲਿਟੀ ਸ਼ੌਕ ਹੋ ਗਿਆ ਜਿਵੇਂ ਇਹ ਕੀ ਚੱਲ ਰਿਹਾ ਇੱਥੇ ਹੁਣ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਸੀਗਾ ਮੇਰੀ ਇੱਕ ਸੁਪਰ ਸਾਈਕੋਲੋਜੀ ਅਸੀਂ ਇੰਡੀਆ ਬੈਠ ਕੇ ਸੋਚ ਵੀ ਨਹੀਂ ਸਕਦੇ ਉੱਥੇ ਤੁਹਾਡਾ ਹੈ ਕਿ ਤੁਸੀਂ ਕਲਾਸ ਲਾਉਣੀ ਹੈ ਤੁਸੀਂ ਨਹੀਂ ਲਾਉਣੀ ਤੁਹਾਡੀ ਰਿਸਪਾਂਸਿਬਿਲਟੀ ਹੈ ਤੇ ਕਲਾਸ ਬੱਚੇ ਮਿਸ ਨਹੀਂ ਕਰਦੇ ਸੀ ਉਹ ਰਿਸਪਾਂਸਿਬਿਲਟੀ ਹੈ ਪਰ ਆਰਥਿਕਤਾ ਵੀ ਵੱਡਾ ਸਵਾਲ ਹੈ ਨਾ ਹੁਣ ਜਦੋਂ ਕੰਮ ਹੀ ਨਹੀਂ ਮਿਲਣਾ ਉੱਥੇ ਜਾ ਕੇ ਪੈਸਾ ਨਹੀਂ ਕਮਾ ਸਕਣਾ ਉਹ ਵੀ ਤਾਂ ਪ੍ਰੈਸ਼ਰ ਐਡ ਕਰ ਰਿਹਾ ਸੁਇਸਾਈਡਸ ਕਿੰਨੇ ਹੋ ਰਹੇ ਆ ਹੁਣ ਬਿਲਕੁਲ ਹੋ ਰਹੇ ਨੇ ਜੀ ਬਟ ਇਹਦਾ ਕਿਤੇ ਨਾ ਕਿਤੇ ਕਾਰਨ ਇਹ ਆ ਜਦੋਂ ਅਸੀਂ ਕੈਨੇਡਾ ਸਿਲੈਕਟ ਕਰਦੇ ਆ ਕਾਲਜ ਐਜੂਕੇਸ਼ਨ ਪਾਥਵੇ ਅਸੀਂ ਸਿਲੈਕਟ ਕਰਦੇ ਆ ਆਫਿਸ ਜਾ ਕੇ ਅਸੀਂ ਕਹਿੰਦੇ ਆ ਜੀ ਬੱਚੇ ਨੂੰ ਭੇਜ ਦਿਓ ਆਹ ਲਓ ਜੀ ਡਾਕੂਮੈਂਟ ਕਦੇ ਅਸੀਂ ਆਪ ਰਿਸਰਚ ਨਹੀਂ ਕਰੀ ਉੱਥੋਂ ਜਾ ਕੇ ਚਾਰ ਜਣਿਆਂ ਨੂੰ ਫੋਨ ਕਰ ਲਿਆ ਕਿ ਮੌਸਮ ਕਿੱਦਾਂ ਦਾ ਕੈਨੇਡਾ ਕਿਵੇਂ ਕੈਨੇਡਾ ਤਾਂ ਦੇਖੋ ਮੌਸਮ ਜਿਹੜਾ ਹੈ ਟਾਈਮ ਜ਼ੋਨਸ ਨੇ ਬਹੁਤ ਵੱਡਾ ਕੈਨੇਡਾ ਮੌਸਮ ਵੈਰੀ ਕਰਦਾ ਹੁਣ ਬਟ ਉਹ ਤੁਹਾਡੇ ਬੱਚੇ ਦੀ ਸਕਸੈਸ ਜਾਂ ਉਸਦੇ ਅਨਸਕਸੈਸਫੁਲ ਹੋਣ ਤੇ ਮੌਸਮ ਨੂੰ ਨਹੀਂ ਨਾ ਤੁਸੀਂ ਇੱਕ ਮੇਨ ਪਾਰਟਿਸਪੈਂਟ ਬਣਾ ਸਕਦੇ ਅੱਛਾ ਫੇਰ ਜਿਹੜੇ ਬੱਚੇ ਉੱਥੇ ਜਾ ਰਹੇ ਨੇ ਉਹਨਾਂ ਦੇ ਕਿਸੇ ਦੇ ਹੁਣ ਫਰੈਂਡਸ ਪ੍ਰਾਈਵੇਟ ਕਾਲਜ ਪੜ੍ਹ ਰਹੇ ਨੇ ਸਾਡੇ ਪੇਰੈਂਟਸ ਹੁਣ ਜੇ ਲੈਟਸ ਸੇ ਆਪਾਂ ਰੂਰਲ ਬੈਕਗਰਾਉਂਡ ਦੀ ਗੱਲ ਕਰੀਏ ਕੋਈ ਐਗਰੀਕਲਚਰ ਫੈਮਿਲੀ ਤੋਂ ਆ ਉਹਨਾਂ ਨੂੰ ਇਹ ਹੁੰਦਾ ਵੀ ਸੰਤਾਂ ਇੰਗਲਿਸ਼ ਨਹੀਂ ਆਉਂਦੀ ਅਸੀਂ ਕੰਸਲਟੈਂਟ ਕੋਲ ਗਏ ਉਹਨੇ ਬੱਚੇ ਦਾ ਕੰਸਲਟੈਂਟ ਨੇ ਤੁਹਾਡੇ ਦਾ ਬੈਸਟ ਇੰਟਰਸਟ ਨਹੀਂ ਰੱਖਣਾ ਉਹਨੇ ਆਪ ਦਾ ਦੇਖਣਾ ਬਿਕਾਉਜ਼ ਹੀ ਇਸ ਰਨਿੰਗ ਅ ਬਿਜ਼ਨਸ ਪੈਸਾ ਕਿੱਥੋਂ ਕਮਾਉਣਾ ਉਹਨੇ ਇਹ ਦੇਖਣਾ ਵੀ ਮੇਰੀ ਰਿਟਰਨ ਔਨ ਇਨਵੈਸਟਮੈਂਟ ਕਿੱਥੋਂ ਆ ਜੇ ਤੁਹਾਡਾ ਬੱਚਾ ਪ੍ਰਾਈਵੇਟ ਕਾਲਜ ਜਾਂ ਸੈਟੇਲਾਈਟ ਕੈਂਪਸ ਮੈਂ ਭੇਜਦੇ ਆ ਤਾਂ ਮੈਨੂੰ ਵੱਧ ਕਮਿਸ਼ਨ ਆ ਰਿਹਾ ਉਹਨੇ ਬੱਚਾ ਤੁਹਾਡਾ ਉੱਥੇ ਹੀ ਭੇ ਹੁਣ ਬ੍ਰੈਂਟਨ ਦੇ ਵਿੱਚ ਇੰਨਾ ਜ਼ਿਆਦਾ ਬੱਚਾ ਹੋ ਗਿਆ ਕਿਉਂਕਿ ਪਹਿਲਾਂ ਜਿਹੜੇ ਵੱਡੇ ਕਾਲਜਸ ਸੀ ਆਪਾਂ ਸ਼ੈਰੀਡਨ ਹੰਬਰਸੈਨਕਾ ਦੀ ਗੱਲ ਕਰੀ ਆ ਉਸ ਦੇ ਨਾਲ ਨਾਲ ਸੈਟੇਲਾਈਟ ਕੈਂਪਸਸ ਖੁੱਲ ਗਏ ਸੋ ਜਿੱਦਾਂ ਪੀਟੀਯੂ ਦੇ ਜਾਂ ਹੋਰ ਯੂਨੀਵਰਸਿਟੀਆਂ ਦੇ ਡਿਸਟੈਂਸ ਐਜੂਕੇਸ਼ਨ ਸੈਂਟਰ ਨੇ ਉਹ ਖੁੱਲ ਗਏ ਪਰ ਅਨਦਰ ਨਾਲਾ ਜਿਹੜਾ ਚੱਕਰ ਪਿਆ ਬੱਚਿਆਂ ਨੂੰ ਜਿਹੜੀਆਂ ਆਫਰ ਲੈਟਰਸ ਜਿਹੜੀਆਂ ਕੈਨਸਲ ਹੋਈਆਂ ਨੇ ਉਹ ਉਸ ਸੈਟੇਲਾਈਟ ਕੈਂਪਸ ਦੀਆਂ ਹੋਈਆਂ ਨੇ ਹੁਣ ਸੈਟੇਲਾਈਟ ਕੈਂਪਸ ਤੁਹਾਡਾ ਬੱਚਾ ਜਾ ਰਿਹਾ ਫੀਸ ਤੁਸੀਂ ਓਨੀ ਹੀ ਦੇ ਰਹੇ ਹੋ ਮੇਨ ਕੈਂਪਸ ਜਿੰਨੀ ਪਰ ਤੁਹਾਡੇ ਬੱਚੇ ਨੂੰ ਕੋਈ ਰਿਸੋਰਸਸ ਨਹੀਂ ਮਿਲ ਰਹੇ ਕੋਈ ਉਹਨੂੰ ਐਕਸੈਸ ਨਹੀਂ ਹੈਗੀ ਉਹ ਲਾਇਬ੍ਰੇਰੀਜ਼ ਦੀ ਕੋਈ ਐਕਸੈਸ ਨਹੀਂ ਹੈਗੀ ਉਹ ਫੈਸਿਲਿਟੀਆਂ ਦੀ ਪਰ ਫੀਸ ਸਾਡੇ ਤੋਂ ਨਹੀਂ ਲਈ ਜਾ ਰਹੀ ਆ ਬੱਚੇ ਦਾ ਤੁਹਾਡੇ ਦਾ ਜੇ ਐਜੂਕੇਸ਼ਨ ਲੈਵਲ ਅੱਜ 12th ਤੇ ਆ ਨਾ ਇਹ ਪੇਰੈਂਟਸ ਗੁੱਸਾ ਨਾ ਕਰਨ ਮੇਰੀ ਇਸ ਗੱਲ ਦਾ ਉਹ ਐਜੂਕੇਸ਼ਨ ਲੈਵਲ ਉੱਥੇ ਹੀ ਰਹਿ ਜਾਂਦਾ ਕਿਉਂਕਿ ਉਹ ਕੋਸ਼ਿਸ਼ ਸਿੱਖ ਹੀ ਨਹੀਂ ਰਹੇ ਪਰ ਉਹ ਪੜਨ ਕਦੋਂ ਜਾਂਦੇ ਆ ਉਹ ਤਾਂ ਉਹ ਤਾਂ ਇੱਕ ਮਾਈਂਡਸੈਟ ਹੈ ਇਥੋਂ ਚੜਨ ਵੇਲੇ ਜਹਾਜ਼ ਵੀ ਬਸ ਕੈਨੇਡਾ ਜਾਣਾ ਹੈ ਅਸੀਂ ਤਾਂ ਹੀ ਜ਼ਿਆਦਾਤਰ ਬ੍ਰੈਮਟਨ ਬ੍ਰੈਮਟਨ ਹੋਈ ਜਾਂਦਾ ਇਹੇ ਦੇਖੋ ਬੱਚੇ ਨੇ ਜਿਹੜੇ ਜੇ ਆਪਾਂ ਕੁਝ ਵੀ ਕਹੀਏ 12th ਉਹ ਏਜ ਸਾਰਿਆਂ ਤੇ ਆਈ ਆਪਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਇਹਦੇ ਵਿੱਚ ਮਾਪਿਓ ਦਾ ਵੀ ਥੋੜਾ ਜਿਹਾ ਰੋਲ ਮੈਂ ਦੇਖਾਂ ਕਿਉਂਕਿ ਉਹਨਾ ਇੱਕ ਸੈਕੰਡ ਸੀਟ ਲੈ ਲੈਂਦੇ ਨੇ ਕਿ ਬੱਚੇ ਨੂੰ ਹੀ ਪਤਾ ਹੁਣ ਬੱਚਾ ਤੁਸੀਂ ਭੇਜਤਾ ਬ੍ਰੈਂਟਨ ਕਾਲਜ ਦੇ ਵਿੱਚ ਸਕਿੱਲ ਉਹਨੂੰ ਆਉਂਦੀ ਨਹੀਂ ਐਜੂਕੇਸ਼ਨ ਉਹਨੇ ਕਰਨੀ ਨਹੀਂ ਤੇ ਕੱਲੂ ਬੱਚਾ ਤੁਹਾਡਾ ਕਰੂਗਾ ਕੀ ਹੂੰ ਜੇ ਉਹੀ ਤੁਸੀਂ ਬਾਹਰ ਕਿਸੇ ਵਧੀਆ ਕਾਲਜ ਭੇਜ ਦਿਓ ਕਿਸੇ ਵਧੀਆ ਇੰਸਟੀਟਿਊਟ ਤੇ ਭੇਜ ਦਿਓ ਵਧੀਆ ਪ੍ਰੋਗਰਾਮ ਕਰਦਾ ਤੁਹਾਡਾ ਬੱਚਾ ਕੱਲ ਨੂੰ ਸੈਟਲਮੈਂਟ ਹੋਏਗੀ ਅਸੀਂ ਮੇਨ ਪੰਜਾਬੀਆਂ ਨੇ ਮੁੱਦਾ ਬਣਾ ਲਿਆ ਭਈ ਬੱਚਾ ਕੈਨੇਡਾ ਪਹੁੰਚ ਗਿਆ। that is the end of the story। ਬਸ ਬੱਚਾ ਪਹੁੰਚਣਾ ਚਾਹੀਦਾ। ਯਾਦ ਕੀ ਕੈਨੇਡਾ ਪਹੁੰਚ ਕੇ ਤਾਂ ਤੁਹਾਡੀ ਸਟਰਗਲ ਤੇ ਜਰਨੀ ਆ ਜਿਹੜੀ ਉਹ ਸ਼ੁਰੂ ਹੁੰਦੀ ਆ। ਇੰਪੋਰਟੈਂਟ ਗੱਲ ਤਾਂ ਇਹ ਆ ਵੀ ਕੈਨੇਡਾ ਜਾ ਕੇ ਤੁਸੀਂ ਸੈਟਲ ਕਿਵੇਂ ਹੋਣਾ? ਉਹ ਸੈਟਲਮੈਂਟ ਕਦੋਂ ਹੋਣੀ ਆ? ਕਿਉਂਕਿ ਅਗਰ ਤੁਹਾਡੇ ਬੱਚਾ ਇੱਕ ਗਲਤ ਡਿਸੀਜਨ ਲੈ ਲੈਂਦਾ। ਠੀਕ ਆ। ਉਹਦੀ ਲਾਈਫ ਖਰਾਬ ਹੁੰਦੀ ਆ। ਤੁਹਾਡੀ ਪੇਰੈਂਟਸ ਦੀ ਇੱਥੇ ਟੈਨਸ਼ਨ ਚ ਲਾਈਫ ਖਰਾਬ ਹੁੰਦੀ ਆ। ਤੇ ਉਹਦੀਆਂ ਆਉਣ ਵਾਲੀਆਂ ਜਨਰੇਸ਼ਨਸ ਦੀ ਲਾਈਫ ਖਰਾਬ ਹੁੰਦੀ ਹੈ ਕਿਉਂਕਿ ਹੋ ਸਕਦਾ ਉਹਨੂੰ ਵਾਪਸ ਆਉਣਾ ਪਵੇ। ਇਹੀ ਜੇ ਤੁਹਾਡਾ ਬੱਚਾ ਤੇ ਤੁਸੀਂ ਪਰਿਵਾਰ ਚ ਬੈਠ ਕੇ ਇੱਕ ਸਹੀ ਡਿਸੀਜਨ ਲੈਨੇ ਹੋ ਵੀ ਕੈਨੇਡਾ ਕਿੱਥੇ ਜਾਣਾ, ਕਿਹੜੇ ਇੰਸਟੀਟਿਊਟ ਜਾਣਾ, ਕਿਹੜਾ ਪ੍ਰੋਗਰਾਮ ਕਰਨਾ। ਇੱਕ ਓਪਨ ਡਿਸਕਸ਼ਨ ਕਰਦੇ ਹੋ। ਵਧੀਆ ਪ੍ਰੋਗਰਾਮ ਸਿਲੈਕਸ਼ਨ ਕਰਦੇ ਹੋ। ਪਰ ਤੁਸੀਂ ਵੀ ਤਾਂ ਹੱਲ ਨਹੀਂ ਦੇ ਰਹੇ ਨਾ। ਹੱਲ ਦੱਸੋ ਜੇ ਜੇ ਅੱਜ ਮੇਰਾ ਬੱਚਾ ਜਾਣਾ ਚਾਹੁੰਦਾ ਉਹ ਬ੍ਰੈਮਟਨ ਨਹੀਂ ਜਾ ਰਿਹਾ ਫਿਰ ਮੈਂ ਕਿੱਥੇ ਭੇਜਾਂ ਉਹਨੂੰ? ਬਹੁਤ ਵਧੀਆ ਇੰਸਟੀਟਿਊਟ ਆ ਜੀ ਕਾਲਜ ਆਫ ਦੀ ਨਾਰਥ ਅਟਲੈਂਟਿਕ, ਨਿਊਫੰਡਲੈਂ 17 ਕੈਂਪਸ ਨੇ ਕੋਈ ਸੈਟੇਲਾਈਟ ਕੈਂਪਸ ਨਹੀਂ ਪ੍ਰੋਪਰ ਕੈਂਪਸਸ ਨੇ ਹੁਣ ਅੱਜ ਆਪਾਂ ਟਿਊਸ਼ਨ ਫੀਸ ਦੀ ਗੱਲ ਕਰਦੇ ਹਾਂ ਜਿਹੜੇ ਇਵਨ ਗਵਰਨਮੈਂਟ ਕਾਲਜੇਸ ਨੇ ਜਾਂ ਪ੍ਰਾਈਵੇਟ ਕਾਲਜੇਸ ਨੇ 35 ਤੋਂ 40000 ਡਾਲਰ ਫੀਸ ਲੈ ਰਹੇ ਨੇ ਜਦ ਕਿ ਸੀਐਨਏ ਦੀ ਡਿਪੈਂਡਿੰਗ ਔਨ ਦਾ ਪ੍ਰੋਗਰਾਮ 19000 ਤੋਂ ਲੈ ਕੇ 20 ਜਾਂ 21000 ਡਾਲਰ ਤੱਕ ਫੀਸ ਹੈ ਅੱਧੋ ਵੱਧੀ ਤੁਹਾਡੀ ਫੀਸ ਬਚਦੀ ਆ ਤੇ ਪਰਮਨੈਂਟ ਰੈਜ਼ਿਡੈਂਸੀ ਜਿੰਨੀ ਨਿਊਫਾਉਂਡਲੈਂਡ ਦੇ ਵਿੱਚ ਈਜ਼ੀ ਆ ਜਿਹੜੇ ਬੱਚੇ ਉੱਥੋਂ ਪੜ੍ਹੇ ਨੇ ਉਹ ਹੋਰ ਕਿਤੇ ਨਹੀਂ ਜੇ ਅੱਜ ਤੁਸੀਂ ਗ੍ਰੈਜੂਏਟ ਹੁੰਨੇ ਹੋ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਗਿਆ ਤੁਸੀਂ ਨਾਲ ਦੀ ਨਾਲ ਪੀਐਨਪੀ ਫਾਈਲ ਕਰ ਸਕਦੇ ਹੋ ਉਹ ਵੀ ਵਿਦਆਊਟ ਆਇਲਸ ਤੁਸੀਂ ਏਆਈਪੀ ਦੇ ਵਿੱਚ ਫਾਈਲ ਲਾ ਸਕਦੇ ਹੋ ਆਇਲਸ ਦੀ ਲੋੜ ਨਹੀਂ ਆਇਲਸ ਦੀ ਲੋੜ ਨਹੀਂ ਹੁਣ ਇਹੀ ਅਸੀਂ ਕੰਪੇਅਰ ਕਰਦੇ ਹਾਂ ਤੁਸੀਂ ਚਲੇਗੇ ਬ੍ਰੈਂਪਟਨ 12th ਤੋਂ ਬਾਅਦ ਤੁਹਾਡੇ ਪੁਆਇੰਟ ਨਹੀਂ ਬਣਨੇ ਸੀ ਆਰਐਸ ਸਕੋਰ ਪਰ ਉੱਥੇ ਮੇਰੇ ਰਿਸ਼ਤੇਦਾਰ ਬੈਠੇ ਆ ਬੱਚਾ ਜਾਊਗਾ ਸੁਖੀ ਐ ਚਾਰ ਦਿਨੋਂ ਆਪਦੇ ਘਰੇ ਰੱਖਦੇ ਐ ਕੰਮ ਵੀ ਦਵਾ ਦਿੰਦੇ ਤੇ ਇਹੀ ਰਿਸ਼ਤੇਦਾਰਾਂ ਨਾਲ 2 ਸਾਲ ਤੱਕ ਕਲੇਸ਼ ਪੈ ਜਾਂਦੇ ਨੇ ਫਿਰ ਇੱਥੋਂ ਵਾਲੇ ਬੋਲਣੋਂ ਵੀ ਜਾਂਦੇ ਨੇ ਇਹ ਬਹੁਤ ਵੱਡਾ ਫੈਕਟਰ ਆ ਕਿਉਂਕਿ ਉੱਥੇ ਜਿਹੜਾ ਇੱਥੋਂ ਦਾ ਸੋਸ਼ਲ ਸਿਸਟਮ ਹੈ ਤੇ ਕੈਨੇਡਾ ਦਾ ਹੈ ਉਹ ਬਹੁਤ ਡਿਫਰੈਂਟ ਆ ਸਾਡੇ ਆਫਿਸ ਦੇ ਵਿੱਚ ਕਿੰਨੇ ਕੇਸਸ ਆਉਂਦੇ ਨੇ ਜਿੱਥੇ ਬੱਚੇ ਡਿਪਰੈਸ਼ਨ 'ਚ ਨੇ ਕਿ ਜਿਹੜੇ ਰਿਲੇਟਿਵਸ ਦੇ ਕੋਲ ਆਏ ਸੀਗੇ ਉਹ ਨਾਲ ਤਾਂ ਘਰ ਦਾ ਕੰਮ ਕਰਵਾ ਰਹੇ ਨੇ ਨਾਲੇ ਹੋਰ ਕਰ ਰਹੇ ਨੇ ਨਾਲੇ ਉਹਨਾਂ ਨੂੰ ਫ੍ਰੀडम ਨਹੀਂ ਦੇ ਰਹੇ ਬੱਚਿਆਂ ਨੂੰ ਸੋ ਰਿਲੇਟਿਵਸ ਦਾ ਇੱਕ ਮੋ ਛੱਡ ਦਈਏ ਬਿਲਕੁਲ ਛੱਡਣਾ ਪੈਣਾ ਤੁਸੀਂ ਦੇਖੋ ਤੁਹਾਡੇ ਰਿਲੇਟਿਵ ਜੇ ਨਾਰਥ ਅਟਲੈਂਟਿਕ ਭੇਜ ਰਹੇ ਆ ਇੰਨਾ ਇੰਡੀਪੈਂਡੈਂਟ ਹੋ ਕੇ ਡਰ ਲੱਗਦਾ ਇੱਥੋਂ ਭੇਜਣ ਵੇਲੇ ਬੱਚੇ ਨੂੰ ਨਵੀਂ ਥਾਂ ਜਮਾਂ ਉੱਥੇ ਪੰਜਾਬੀ ਘੱਟ ਨੇ ਮੇਰੇ ਖਿਆਲ ਬਿਲਕੁਲ ਘਟਨੇ ਜੀ ਤੇ ਇਸੇ ਕਰਕੇ ਉੱਥੇ ਸੇਫ এনवायरमेंट ਤੁਸੀਂ ਅੱਜ ਆ ਕੇ ਤਾਂ ਦੇਖੋ ਬ੍ਰੈਂਟਨ ਦੇ ਵਿੱਚ ਹਾਲ ਕੀ ਹੈ ਤੁਸੀਂ ਕੁੜੀਆਂ ਨੂੰ ਉੱਥੇ ਭੇਜ ਕੇ ਵੇਖੋ ਵੀ ਹਾਲ ਕੀ ਹੋ ਰਿਹਾ ਇਹੀ ਜੇ ਕੁੜੀਆਂ ਤੁਹਾਡੀਆਂ ਛੋਟੇ ਸ਼ਹਿਰਾਂ ਚ ਜਾ ਰਹੀਆਂ ਨੇ ਇੱਕ ਸੇਫ এনवायरमेंट ਆ ਉੱਥੇ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਕਹਿ ਰਹੇ ਹਾਂ ਜੀ ਤੇ ਤੁਸੀਂ ਆ ਪਾ ਕੇ ਜਿਹੜੇ ਤੁਹਾਡੇ ਰਿਲੇਟਿਵਸ ਨੇ ਜਾਂ ਹੋਰ ਨੇ ਆ ਪਾ ਕੇ ਅਬਜ਼ਰਵ ਟਾ ਕਰੋ ਨਾ ਕੋਈ ਤੁਹਾਡੇ ਉੱਥੇ ਗੀੜੀਆਂ ਨਹੀਂ ਵੱਜ ਰਹੀਆਂ ਕੋਈ ਉਹ ਹਾ 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 ਨਹੀਂ ਬੱਚੀ ਹੋਈ ਵੀ ਹਾਂ ਠੀਕ ਆ ਜੀ ਕੁੜੀ ਜਾ ਰਹੀ ਆ ਕੁੜੀ ਜਾ ਰਹੀ ਆ ਕੰਮ ਤੋਂ ਘਰੇ ਜਾ ਰਹੀ ਆ ਚਾਹੇ ਰਾਤ ਨੂੰ 2 ਵਜੇ ਜਾ ਰਹੀ ਆ ਆਪਦੀ ਸ਼ਿਫਟ ਖਤਮ ਕਰਕੇ ਇਹ ਕੁਝ ਉੱਥੇ ਹੋਣ ਲੱਗ ਪਿਆ ਬਿਲਕੁਲ ਹੋਣ ਲੱਗ ਪਿਆ ਜੀ ਫਿਰ ਕਿਉਂ ਭੇਜੀਏ ਹੀ ਕਿਉਂ ਫਿਰ ਸਵਾਲ ਤਾਂ ਇਹ ਹੁੰਦਾ ਕਿਉਂਕਿ ਇੱਥੇ ਬੱਚਿਆਂ ਨੂੰ 12th ਕਰਕੇ ਡਿਗਰੀ ਕਰਕੇ ਕੋਈ ਐਵੇਨਿਊ ਨਹੀਂ ਲੱਭ ਰਿਹਾ ਅੱਜ ਇੱਥੇ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਕਰ ਲੈਂਦਾ ਜਾਂ ਨਰਸਿੰਗ ਕਰ ਲੈਂਦਾ ਹੂੰ ਉਹ ਇੱਕ ਬੜੀ ਮੀਡੀਓਕਰ ਜੀ ਸੈਲਰੀ ਤੇ ਕਰ ਰਿਹਾ ਕਿ ਉਹ ਸਰਵਾਈਵਲ ਹੀ ਕਰ ਪਾ ਰਿਹਾ ਹੁਣ ਕੈਨੇਡਾ ਦੇ ਵਿੱਚ ਕਿੰਨੀਆਂ ਸਕਸੈਸ ਸਟੋਰੀਜ਼ ਨੇ ਬੱਚੇ ਗਏ ਇੱਥੋਂ ਵਧੀਆ ਸੈਟਲਡ ਹੋ ਗਏ ਪਿੱਛੇ ਪਰਿਵਾਰ ਦੇ ਘਰ ਵੀ ਜਿਨ੍ਹਾਂ ਦੀਆਂ ਛੱਤਾਂ ਬਾਲੇ ਵਾਲੀਆਂ ਸੀ ਉਹ ਵੀ ਪੱਕੀਆਂ ਹੋ ਗਈਆਂ ਕੋਠੀਆਂ ਪੈ ਗਈਆਂ ਉੱਥੋਂ ਮੋਨਿਟਰੀ ਬੈਨੀਫਿਟ ਇੱਥੇ ਫੈਮਲੀ ਨੂੰ ਹੋ ਗਿਆ ਫੈਮਲੀ ਸੈੱਟ ਹੋ ਗਈ ਲਾਈਫ ਸੌਕੀ ਹੋ ਗਈ ਉਹੀ ਬੱਚਾ ਜੇ ਇੱਥੇ ਇੰਜੀਨੀਅਰਿੰਗ ਕਰਕੇ ਕਿਤੇ ਜੌਬ ਤੇ ਲੱਗ ਜਾਂਦਾ ਉਹੀ 20000 30000 50000 ਦੀ ਸੈਲਰੀ ਲੈ ਕੇ ਤੇ ਖਰਚਾ ਤਾਂ ਦੇਖੋ ਤੁਹਾਡਾ ਇੱਥੇ ਕਿੰਨਾ ਵਧਿਆ ਹੋਇਆ ਇਹ ਗੱਲ ਨਾ ਅਸੀਂ ਰੋਜ਼ ਇੱਥੇ ਕਦੇ ਜਲੰਧਰ ਬੱਸ ਸਟੈਂਡ ਜਾਂਦੇ ਰੋ ਜਾਂ ਲੁਧਿਆਣੇ ਜਾਂਦੇ ਰੋ ਵੱਡੇ ਵੱਡੇ ਬੋਰਡ ਲੱਗੇ ਆ ਬਿਨਾ ਆਇਲਸ ਤੋਂ ਜਾਓ ਕੈਨੇਡਾ ਤੁਸੀਂ ਹੁਣ ਕਹਿ ਰਹੇ ਹੋ ਬਿਨਾ ਆਇਲਸ ਤੋਂ ਪੀਆਰ ਲੈ ਲਓ ਇਹ ਇਹ ਗੱਲ ਤੇ ਭਰੋਸਾ ਕਿਵੇਂ ਹੋਵੇ ਰੋਜ਼ ਅਸੀਂ ਅਵੇਅਰ ਕਰਦੇ ਹਾਂ ਹੱਥ ਜੋੜਦੇ ਹਾਂ ਵੀ ਨਾ ਮੰਨੋ ਇਹ ਗੱਲਾਂ ਨੂੰ ਨਾ ਮੰਨੋ ਬਿਨਾ ਐਲਸ ਤੋਂ ਨਹੀਂ ਜਾ ਸਕਦੇ ਤੁਸੀਂ ਆ ਕੇ ਕਹਿ ਰਹੇ ਹੋ ਪੀਆਰ ਹੀ ਬਿਨਾ ਐਲਸ ਤੋਂ ਲੈ ਲਓ ਇਹਦੇ ਤੇ ਭਰੋਸਾ ਕਿਵੇਂ ਹੋਵੇ ਇਹਦਾ ਬੜਾ ਸੌਖਾ ਜੀ ਮੈਂ ਇਹ ਕਹਿ ਰਿਹਾ ਵੀ ਜੋ ਕੁਝ ਤੁਹਾਨੂੰ ਕੋਈ ਕਹਿੰਦਾ ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ ਤੁਸੀਂ ਗਵਰਨਮੈਂਟ ਆਫ ਨਿਊ ਫਰਾਂਡਲੈਂਡ ਦੀ ਵੈਬਸਾਈਟ ਤੇ ਜਾਓ ਉੱਥੇ ਪੀਐਨਪੀ ਪ੍ਰੋਗਰਾਮਸ ਨੇ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ ਹੈਗੀ ਆ ਜਿਹਦੀ ਤੁਸੀਂ ਰਿਸਰਚ ਕਰ ਸਕਦੇ ਹੋ ਉਹਦੀ ਐਪਲੀਕੇਸ਼ਨ ਵਿਦਆਊਟ ਆਇਲਸ ਜਿਹੜੀ ਰਿਕੁਆਇਰਮੈਂਟ ਆ ਫਾਈਲ ਹੁੰਦੀ ਆ ਪ੍ਰੋਵਾਈਡਡ ਤੁਹਾਡਾ ਬੱਚਾ ਉਥੋਂ ਪੜਿਆ ਹੋਵੇ ਇਹ ਨਹੀਂ ਕਿ ਤੁਸੀਂ ਕੱਲੂ ਅੰਟੇਰੀਓ ਤੋਂ ਪੜ ਕੇ ਫੇਰ ਉੱਥੇ ਮੂਵ ਹੋਵੋ ਜਾਂ ਇੱਥੇ ਇਹ ਵੀ ਨਹੀਂ ਹੈਗਾ ਕਿ ਤੁਸੀਂ ਇੰਡੀਆ ਤੋਂ ਕੈਨੇਡਾ ਵਿਦਆਊਟ ਆਇਲਸ ਜਾ ਸਕਦੇ ਹੋ ਸਟੂਡੈਂਟ ਬੇਸ ਦੇ ਉੱਤੇ ਉਹਦੇ ਲਈ ਤੁਹਾਨੂੰ ਆਇਲਸ ਕਰਨੀ ਪੈਣੀ ਆ ਤੁਸੀਂ ਉੱਥੇ ਆਉਣਾ ਉੱਥੇ ਆ ਕੇ ਤੁਸੀਂ ਸੀਐਨਏ ਆਪਦਾ ਪੜਨਾ ਹੈ ਜਦੋਂ ਤੱਕ ਤੁਹਾਡਾ ਅੰਟੇਰੀਓ ਵਾਲਾ ਕਾਉਂਟਰਪਾਰਟ ਆਪਦਾ ਐਕਸਪੀਰੀਅੰਸ ਆਪਦਾ ਹੋਰ ਕੁਝ ਕਰ ਰਿਹਾ ਤੇ ਟੈਨਸ਼ਨ ਚਾ ਕਿ ਮੇਰੀ ਪੀਆਰ ਕਿਵੇਂ ਹੋਣੀ ਆ ਤੁਸੀਂ ਪੀਆਰ ਲੈ ਜਾਣੀ ਆ ਤੇ ਕਿ 6 each ਸਾਢੇ 4 5 ਸਾਢੇ 5 ਚ ਜਾਓ ਨਹੀਂ ਨਹੀਂ ਉਹ ਕੁਝ ਨਹੀਂ ਹੈਗਾ ਉਹ ਐਵੇਂ ਕੱਲੂ ਤੁਸੀਂ ਸੈਰ ਨਹੀਂ ਨਹੀਂ ਅਸੀਂ ਅੰਟਰਟੇਨ ਨਹੀਂ ਕਰਦੇ 6 each ਲੈ ਕੇ ਆ ਜੋ ਜਰੂਰ ਸਿਰ ਮੱਥੇ ਜਰੂਰ ਤੁਹਾਡੀ ਹੈਲਪ ਕਰਾਂਗੇ ਬਟ ਸਾਢੇ 5 ਇੱਕ ਚ ਨੇ ਜਾਂ ਦੋ ਚ ਸਾਢੇ 5 ਨੇ ਅਸੀਂ ਉਹ ਕੁਝ ਨਹੀਂ ਹੈਗਾ 6 each ਸਾਨੂੰ ਜਿਹੜਾ ਸਕੋਰ ਹੈ ਉਹ ਤੁਹਾਡਾ ਚਾਹੀਦਾ ਜਿਹੜਾ 6 each ਵਾਲਾ ਸਟੂਡੈਂਟ ਹੈ ਜਾਂ 7 ਬੈਂਡ ਵਾਲਾ ਸਟੂਡੈਂਟ ਹੈ ਉਹ ਤਾਂ ਆਪ ਬਹੁਤ ਅਵੇਅਰ ਹੋ ਜਾਂਦਾ ਉਹ ਆਪ ਉਹ ਪੜ ਸਕਦਾ ਦੇਖ ਸਕਦਾ ਹੂੰ ਤੇ ਅਸੀਂ ਤਾਂ ਕਹਨੇ ਆ ਕਿ ਸੀਐਨਏ ਬਾਰੇ ਰਿਸਰਚ ਕਰੋ ਅਸੀਂ ਹੁਣ ਸੀਐਨਏ ਦੇ ਜਿਹੜੇ ਕਾਲਜ ਦੇ ਇੰਟਰਨੈਸ਼ਨਲ ਸੈਂਟਰ ਦੇ EMPLOYEES ਨੇ ਉਹ ਇੰਡੀਆ ਆ ਰਹੇ ਨੇ ਤੁਸੀਂ ਰਿਸਰਚ ਕਰ ਲਿਓ ਉਸ ਤੋਂ ਬਾਅਦ ਆਈ ਏਮ ਸ਼ੋਰ ਕਿ ਤੁਹਾਡੇ ਮਾਈਂਡ ਚ 100 ਕੁਐਸਚਨ ਹੋਣਗੇ ਪਰ ਤੁਸੀਂ ਇੱਕ ਜਗ੍ਹਾ ਤੇ ਸਟਕ ਹੋਣਾ ਤੁਸੀਂ ਤਾਂ ਕਹਤਾ ਕਿ ਸਿਰਫ ਨਾਰਥ ਅਟਲੈਂਟਿਕ ਕਾਲਜ ਦੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਰੋਜ਼ ਮੈਗਾ ਬੜੇ ਵੱਡੇ ਵੱਡੇ ਜਿਹੜੇ ਮੇਲੇਜ਼ ਹੁੰਦੇ ਆ ਜਿੱਥੇ ਆਂਦੇ ਆ ਸਟੂਡੈਂਟ ਉਹਨਾਂ ਕੋਲੇ ਆਪਸ਼ਨਸ ਕਿੰਨੀਆਂ ਵਾਈਡ ਐ 100-100 ਕਾਲਜ ਆ ਰਿਹਾ ਉੱਥੇ ਜਾ ਕੇ ਹੋਰ ਬੈਟਰ ਆਪਸ਼ਨਸ ਦੇਖ ਸਕਦਾ ਉਹਦੇ ਚ ਇਹ ਆ ਜੀ ਜੇ ਆਪਾਂ ਐਪਲਸ ਟੂ ਐਪਲਸ ਕੰਪੇਅਰ ਕਰਾਂਗੇ ਮੇਰਾ ਖਿਆਲ ਆ ਕਿ ਤੁਸੀਂ ਤੁਹਾਡੇ ਵਿਊਅਰਸ ਵੀ ਇਸ ਨਤੀਜੇ ਤੇ ਪਹੁੰਚਣਗੇ ਕਿ ਕਾਲਜ ਆਫ ਦ ਨਾਰਥ ਅਟਲੈਂਟਿਕ ਇਜ਼ ਦ ਬੈਸਟ ਆਪਸ਼ਨ ਕਿਉਂਕਿ ਟਿਊਸ਼ਨ ਫੀਸ ਹਾਫ ਐ ਗਵਰਨਮੈਂਟ ਕਾਲਜ ਹੈ ਠੀਕ ਹੈ ਜੀ ਕੋਈ ਪ੍ਰਾਈਵੇਟ ਕਾਲਜ ਨਹੀਂ ਈਜ਼ੀ ਪੀਆਰ ਹੈ ਹੁਣ ਜਿਹੜਾ ਮੇਗਾ ਫੇਅਰਸ ਦੀ ਗੱਲ ਕਰੀ ਆਪਾਂ ਪਟਿਆਲੇ ਬੱਸ ਸਟੈਂਡ ਤੇ ਚਲੇ ਗਏ ਬਾਸਤਾ ਮੈਂ ਫੜਨੀ ਆ ਚੰ ਹੁਣ ਉੱਥੇ ਅੰਮ੍ਰਿਤਸਰ ਦੀਆਂ ਚਾਰ ਬੱਸੇਸ ਖੜੀਆਂ ਨੇ ਸੰਗਰੂਰ ਦੀਆਂ ਬੱਸੇਸ ਖੜੀਆਂ ਨੇ ਉਹਦੇ ਨਾਲ ਮੈਂ ਕੀ ਲੈਣਾ ਮੈਨੂੰ ਤਾਂ ਚੰਡੀਗੜ੍ਹ ਦੀ ਬੱਸ ਚਾਹੀਦੀ ਹੈ ਨਾ ਮੈਨੂੰ ਤਾਂ ਉਹ ਇੱਕ ਚਾਹੀਦੀ ਆ ਮੈਂ ਇੱਕ ਫੜਨੀ ਆ ਇਦਾਂ ਹੀ ਜਦੋਂ ਤੁਸੀਂ ਉੱਥੇ ਆਉਣਾ ਤੁਸੀਂ ਹੁਣ ਚਾਰ ਕਾਲਜਸ ਤਾਂ ਪੜ੍ਹ ਨਹੀਂ ਸਕਦੇ ਇੱਕ ਇੰਸਟੀਟਿਊਟ ਹੀ ਚੂਜ਼ ਕਰਨਾ ਨਾ ਉਹ ਪ੍ਰੋਪਰ ਥਰੋ ਰਿਸਰਚ ਕਰਕੇ ਕਰੋ ਤੁਸੀਂ ਆਨਲਾਈਨ ਰਿਸਰਚ ਕਰੋ ਰਿਪਰੈਜ਼ੈਂਟੇਟਿਵ ਆ ਰਹੇ ਨੇ ਉਹਨਾਂ ਦੇ EMPLOYEES ਆ ਰਹੇ ਨੇ ਡਾਇਰੈਕਟ ਆ ਕੇ 1 ਟੂ 1 ਗੱਲ ਕਰੋ ਫਿਰ ਪੇਰੈਂਟਸ ਨੂੰ ਕਈ ਵਾਰ ਇਹ ਹੋ ਜਾਂਦਾ ਕਿ ਸਾਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਇੰਗਲਿਸ਼ ਤਾਂ ਇੱਕ ਲੈਂਗੁਏਜ ਹੋਰ ਸਟਾਫ ਮੈਂਬਰ ਵੀ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਪਰ ਤੁਸੀਂ ਆਪਦੇ ਸਵਾਲ ਤਾਂ ਚਾਹੇ ਪੰਜਾਬੀ 'ਚ ਲਿਖ ਕੇ ਲਿਓ ਪੁੱਛੋ ਤਾਂ ਸਹੀ ਨਾ ਜਿਹੜੇ ਬੈਠੇ ਨੇ ਕੀ ਜੀ ਮੇਰੇ ਮਾਈਂਡ 'ਚ ਆਹ ਹਾ ਸਵਾਲ ਨੇ ਪੰਜਾਬੀਆਂ ਨੂੰ ਵਾਈਟ ਕਾਲਰ ਜੌਬਸ ਕਿਉਂ ਨਹੀਂ ਮਿਲਦੀਆਂ ਉੱਥੇ ਸਾਰੇ ਅਸੀਂ ਇਸ ਥਾਟ ਨਾਲ ਜਾਣਦੇ ਆ ਕਿ ਉੱਥੇ ਕੰਮ ਮਿਲ ਜੇ ਕੈਸ਼ ਤੇ ਵੀ ਕੰਮ ਕਰੀ ਜਾਂਦੇ ਆ ਹੁਣ ਇਸ ਕਾਲਜ ਤੋਂ ਪਾਸ ਆਊਟ ਬੱਚਾ ਕੀ ਕੈਨੇਡੀਅਨ ਜਿਹੜੇ ਗੋਰੇ ਨੇ ਉਹਨਾਂ ਦੇ ਬਰਾਬਰ ਵਾਈਟ ਕਾਲਰ ਜੌਬਸ ਕਰਦੇ ਆ ਬਿਲਕੁਲ ਕਰਦੇ ਨੇ ਜੀ ਜਿਹੜੇ ਜਦੋਂ ਫੇਰ ਤੇ ਆ ਕੇ ਕਿਸੇ ਨੇ ਦੇਖਣਾ ਅਸੀਂ ਦਿਖਾ ਵੀ ਦੇਾਂਗੇ ਜਿਹੜੀਆਂ ਕਨਫਰਮੇਸ਼ਨ ਆਫ ਨਾਮੀਨੇਸ਼ਨਸ ਆਈਆਂ ਨੇ ਹੂੰ ਉਹ ਕੁੜੀਆਂ ਉੱਥੇ ਜਿਹੜਾ ਉਹਨਾਂ ਦਾ ਪ੍ਰੋਵਿੰਸ਼ੀਅਲ ਕੋਰਟ ਹੈ ਜਿਹਨੂੰ ਆਪਾਂ ਇੱਥੇ ਦਾ ਹਾਈ ਕੋਰਟ ਕਹਿ ਦਈਏ ਪੰਜਾਬ ਐਂਡ ਹਰਿਆਣਾ ਦਾ ਉਹਦੇ ਵਿੱਚ ਜੌਬ ਕਰ ਰਹੀਆਂ ਨੇ ਸੀਐਨਏ ਤੋਂ ਸਟੱਡੀ ਕਰਕੇ ਅਜੇ ਪੀਆਰ ਨਹੀਂ ਹੋਈ ਪੰਜਾਬੀ ਕੁੜੀਆਂ ਪੰਜਾਬੀ ਕੁੜੀਆਂ ਤੇ ਉਹਨਾਂ ਦੀ ਜਿਹੜੀ ਪੀਆਰ ਸਪੋਰਟਿੰਗ ਹੈ ਏਆਈਪੀ ਪ੍ਰੋਗਰਾਮ ਦੇ ਅੰਡਰ ਉਹ ਗਵਰਨਮੈਂਟ ਆਫ ਨਿਊ ਫਾਉਂਡਲੈਂਡ ਕਰਾ ਰਹੀ ਹੈ ਇਹ ਇਹ ਨਹੀਂ ਹੈ ਵੀ ਜਿਵੇਂ ਹੁਣ ਆਪਾਂ ਆਮ ਹੀ ਗੱਲ ਕਰਦੇ ਆਂ ਵੀ ਪੀਆਰ ਹੋ ਜਾਓ ਉਸ ਤੋਂ ਬਾਅਦ ਜਾਂ ਕੋਈ ਹਾਲਾਂਕਿ ਕਿਤਾ ਕੋਈ ਵੀ ਮਾੜਾ ਨਹੀਂ ਅਸੀਂ ਇਹ ਮੰਨ ਕੇ ਚੱਲਦੇ ਆਂ ਪਰ ਜ਼ਿਆਦਾਤਰ ਪੰਜਾਬੀ ਜਾ ਕੇ ਉੱਥੇ ਜਿੰਨੇ ਸਟੂਡੈਂਟ ਜਾ ਰਹੇ ਆਂ ਵਾਈਟ ਕਾਲਰ ਚ ਤਾਂ ਬਹੁਤ ਘੱਟ ਨੇ ਇਸ ਪਾਸੇ ਨੂੰ ਕਿਉਂ ਨਹੀਂ ਪੰਜਾਬੀਆਂ ਨੂੰ ਲਾਇਆ ਜਾ ਰਿਹਾ ਕਿ ਆਓ ਅਸੀਂ ਉੱਥੋਂ ਦੇ ਸਿਸਟਮ ਦੇ ਵਿੱਚ ਵੜੀਏ ਉੱਥੋਂ ਦੀਆਂ ਜਿਵੇਂ ਦੀਆਂ ਹਾਈ ਕੋਰਟ ਦੀਆਂ ਪ੍ਰੋਵਿੰਸ਼ੀਅਲ ਕੋਰਟਸ ਦੀਆਂ ਜੌਬਸ ਨੇ ਇਸ ਤਰ੍ਹਾਂ ਦੀਆਂ ਜੌਬਸ ਵੱਲ ਜਾਈਏ ਅਗਰ ਤੁਸੀਂ ਨਿਊਫਰੰਡਲੈਂਡ ਦੀ ਗੱਲ ਕਰ ਰਹੇ ਹੋ ਬਹੁਤ ਬੱਚੇ ਨੇ ਜਿਹੜੇ ਆਪਣੇ ਵਾਈਟ ਕਾਲਰ ਜੌਬਸ ਕਰ ਰਹੇ ਨੇ ਈਸਟਰਨ ਹੈਲਥ ਜਿਹੜਾ ਉਹਨਾਂ ਦਾ ਹਸਪੀਟਲ ਦਾ ਸਿਸਟਮ ਹੈ ਉਹਦੇ ਵਿੱਚ ਬਹੁਤ ਬੱਚੇ ਲੱਗੇ ਹੋਏ ਨੇ ਹੋਰ ਹੈਲਥ케ਅਰ ਦੀਆਂ ਜੌਬਸ ਨੇ ਜਿਹੜੀਆਂ ਉਹ ਕਰ ਰਹੇ ਨੇ ਐਡਮਿਨ ਦੀਆਂ ਜੌਬਸ ਕਰ ਰਹੇ ਨੇ ਪ੍ਰੋਵਾਈਡਡ ਇਹ ਹੈ ਕਿ ਉੱਥੇ ਓਪਰਚ्युनिटी ਵੀ ਹੈ ਤੁਸੀਂ ਸਕਿਲਸ ਵੀ ਅਪਗ੍ਰੇਡ ਕਰ ਰਹੇ ਹੋ ਕਿਉਂਕਿ ਇਹ ਕਾਲਜ ਇੱਕ ਪ੍ਰੋਪਰ ਕਾਲਜ ਹੈ ਇਹਨਾਂ ਨੇ ਤੁਹਾਨੂੰ ਪੜਾਉਣਾ ਹੈ ਇਹ ਨਹੀਂ ਕਿ ਤੁਹਾਡੇ ਬੱਚੇ ਗਏ 2 ਘੰਟੇ ਕਲਾਸ ਮਤਲਬ ਕਲਾਸਾਂ ਨਾ ਲਾਓ ਕੰਮ ਕਰ ਲਓ ਜਾ ਕੇ ਨਹੀਂ ਉਹ ਨਹੀਂ ਹੈਗਾ ਕਮ ਇਨ ਅਵੇਲੇਬਲ ਹੈ ਕਿ ਤੁਸੀਂ ਆਪ ਦਾ ਲਿਵਿੰਗ ਐਕਸਪੈਂਡੀਚਰ ਕੱਢ ਸਕਦੇ ਹੋ ਫੀਸ ਆਲਰੇਡੀ ਅੱਧੀ ਹੋਈ ਹੋਈ ਆ ਤੁਹਾਡੀ ਸੋ ਤੁਹਾਡੇ ਤੇ ਫਾਈਨੈਂਸ਼ੀਅਲ ਬਰਡਨ ਤੁਹਾਡੇ ਤੇ ਤੇ ਤੁਹਾਡੀ ਫੈਮਿਲੀ ਤੇ ਉਹ ਰਿਡਿਊਸ ਹੋਇਆ ਹੋਇਆ ਪੜਾਈ ਦੇ ਮਾਈਂਡਸੈਟ ਵਾਲੇ ਬੱਚੇ ਰਹਿ ਗਏ ਪੰਜਾਬ ਚ ਤੁਹਾਨੂੰ ਲੱਗਦਾ ਸਾਰੇ ਦੇਖੋ ਸਾਰਿਆਂ ਨੂੰ ਆਪਾਂ ਇੱਕ ਪੇਂਟ ਬ੍ਰਸ਼ ਨਾਲ ਪੇਂਟ ਨਹੀਂ ਕਰ ਸਕਦੇ ਜਨਰਲਾਈਜ਼ ਨਹੀਂ ਕਰ ਸਕਦੇ ਹੈਗੇ ਨੇ ਬੱਚੇ ਜਿਹੜੇ ਐਕਚੁਅਲ ਚ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ ਬਟ ਕਿਤੇ ਨਾ ਕਿਤੇ ਜਿਹੜੀ ਇੱਥੋਂ ਦੀ ਮਾਰਕੀਟਿੰਗ ਐਮਪਲੋਇਜ਼ ਨੇ ਜਾਂ ਹੋਰ ਨੇ ਉਹਨਾਂ ਨੇ ਸਾਰਿਆਂ ਨੇ ਇਹ ਪੁਟਰੇ ਕਰਤਾ ਕਿ ਤੁਹਾਨੂੰ ਪੜਨ ਦੀ ਲੋੜ ਨਹੀਂ ਮੈਂ ਇੱਕ ਨਾ ਬੜੀ ਇੰਟਰਸਟਿੰਗ ਵੀਡੀਓ ਦੇਖ ਰਿਹਾ ਸੀਗਾ ਹੂੰ ਉਹਦੇ ਵਿੱਚ ਕੀ ਸੀਗਾ ਕਿ ਇੱਥੋਂ ਦੇ ਕੋਈ ਵਲੌਗਰ ਨੇ ਉਹਨਾਂ ਨੇ ਇਹ ਕਿਹਾ ਕਿ ਮੈਂ ਜੀ 12th ਕਰ ਲਈ ਤੇ ਸਾਡੀ ਪੜਾਈ ਡਨ ਹੋ ਗਈ ਹੂੰ ਉਸ ਦੇ ਨਾਲ ਨਾਲ ਕਿਸੇ ਨੇ ਪੰਜਾਬ ਯੂਨੀਵਰਸਿਟੀ ਦੀ ਵੀਡੀਓ ਪਾਈ ਤਿੰਨ ਕੁੜੀਆਂ ਬੈਠੀਆਂ ਨੇ ਪਹਿਲੀ ਨੂੰ ਪੁੱਛਿਆ ਉਹ ਕਹਿੰਦੀ ਜੀ ਮੈਂ ਹਿਮਾਚਲ ਤੋਂ ਮੈਂ ਪੀ ਐਚ ਡੀ ਕਰ ਰਹੀ ਆ ਦੂਜੀ ਕਹਿੰਦੀ ਜੀ ਮੈਂ Shimla ਤੋਂ ਮੈਂ ਪੀ ਐਚ ਡੀ ਕਰ ਰਹੀ ਆ ਤੀਜੀ ਕਹਿੰਦੀ ਮੈਂ ਮੰਡੀ ਤੋਂ ਮੈਂ ਪੀ ਐਚ ਡੀ ਕਰ ਰਹੀ ਆ ਤੇ ਸਾਡੇ ਵਾਲੇ 12th ਨੂੰ ਹੀ ਮੰਨ ਗਏ ਵੀ 12th ਕਰ ਲਈ ਬਸ that's the end of the story ਸੋ ਇਸ ਕਰਕੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਤੁਹਾਡੇ ਬੱਚੇ ਅਗਰ ਸਟੱਡੀ ਦੇ ਵਿੱਚ ਵਧੀਆ ਨੇ ਤਾਂ ਹੁਣ ਤੋਂ ਇੱਕ ਪਲਾਨ ਕਰਕੇ ਚੱਲੋ ਤੁਸੀਂ ਇੱਕ ਜਿਹੜਾ ਇਹ ਹੁੰਦਾ ਨਾ ਪੰਜਾਬੀਆਂ ਦੀ ਮੈਂਟੈਲਿਟੀ ਕਿ ਦੇਖ ਲਾਂਗੇ ਦੇਖੀ ਜਾਊਗਾ ਇੱਕ ਵਾਰ ਜਵਾਕ ਨੂੰ ਪਹੁੰਚਦਾ ਕਰ ਦਈਏ ਬਾਅਦ ਦੀਆਂ ਬਾਅਦ ਚ ਦੇਖਾਂਗੇ ਪੀ ਐਰ ਤਾਂ ਹੋਏ ਜਾਊਗਾ ਇਦਾਂ ਦੀ ਕੋਈ ਗੱਲ ਨਹੀਂ ਜੀ ਪੀਆਰ ਮੈਂ ਕਹਿ ਰਿਹਾ ਕਿ ਕੈਨੇਡਾ ਦੀ ਮੁਸ਼ਕਲ ਹੋ ਰਹੀ ਹੈ ਬ੍ਰੈਂਪਟਨ ਝੌਕੀ ਹੈ ਸਾਰੇ ਕਿਤੇ ਹੀ ਬਹੁਤ ਜਗ੍ਹਾ ਤੇ ਔਖੀ ਹੋ ਰਹੀ ਹੈ ਕਿਉਂਕਿ ਨੰਬਰ ਆਫ ਜਿਹੜੇ ਸਟੂਡੈਂਟਸ ਉੱਤੇ ਪਹੁੰਚ ਗਏ ਨੇ ਤੇ ਜਿਹੜਾ ਨੰਬਰ ਪੀਆਰ ਦਾ ਹੈ ਉਹਦੇ ਵਿੱਚ ਬਹੁਤ ਵੱਡਾ ਮਿਸਮੈਚ ਹੈ ਇਸ ਕਰਕੇ ਤੁਹਾਨੂੰ ਇੱਥੋਂ ਬੈਠਿਆਂ ਨੂੰ ਸਹੀ ਡਿਸੀਜਨ ਲੈਣਾ ਪੈਣਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਕਰੋ ਕਿ ਨਿਊਫਾਉਂਡਲੈਂਡ ਪੀਆਰ ਸੌਖੀ ਹੈ ਤੁਸੀਂ ਗਵਰਨਮੈਂਟ ਦੀ ਵੈਬਸਾਈਟ ਤੇ ਜਾਓ ਪਰ ਮੇਰਾ ਇੱਕ ਵੱਡਾ ਸਵਾਲ ਇੱਥੇ ਟੋਕ ਰਿਆਂ ਤੁਹਾਡੀ ਗੱਲ ਨੂੰ ਇੱਕ ਪਿਓ ਜਿਹੜਾ ਕਰਜ਼ਾ ਚੱਕ ਕੇ ਬੱਚੇ ਨੂੰ ਭੇਜ ਰ ਨਾਰਥ ਅਟਲੈਂਟਿਕ ਭੇਜ ਦਿੰਦਾ ਓਪੀਓ ਇੰਨਾ ਕੰਮ ਹੈ ਉੱਥੇ ਪੜਨ ਤੋਂ ਬਾਅਦ ਵੀ ਬੱਚੇ ਕੋਲੇ ਕਿਉਂ ਪਿੱਛੇ ਉਹਦੀਆਂ ਫੀਸਾਂ ਤਾਰ ਜਿਹੜੀਆਂ ਇਹ ਉਹਦਾ ਕਰਜ਼ੇ ਦੀ ਕਿਸ਼ਤ ਜਿਹੜੀ ਉਹ ਲਾ ਸਕੇ ਆ ਸਪਟੈਂਬਰ ਬੈਚ ਦੇ ਵਿੱਚ ਅਗਰ ਤੁਸੀਂ ਨਿਊਫਰਨ ਲਾਇਬ੍ਰੇਰੀ ਡੋਰ ਨੂੰ ਦੇਖਦੇ ਹੋ ਤਾਂ ਉਹਨਾਂ ਦਾ ਇੱਕ ਥੋੜਾ ਜਿਹਾ ਰਿਮੋਟ ਕੈਂਪਸ ਹੈਗਾ ਹੈਪੀ ਵੈਲੀ ਗੂਸਬੇ ਤੁਹਾਡੇ ਪਟਿਆਲੇ ਦੇ ਬੱਚੇ ਗਏ ਨੇ ਅਜੇ ਉਹ ਪਹੁੰਚੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਜੌਬ ਮਿਲ ਗਈ ਆ ਜਾਂਦਿਆਂ ਜਾਂਦਿਆਂ ਤੇ ਜੇ ਕਿਸੇ ਨੇ ਕਨਫਰਮ ਕਰਨਾ ਅਸੀਂ ਉਹਨਾਂ ਨਾਲ ਗੱਲ ਵੀ ਕਰਾ ਦੇਵਾਂਗੇ ਕਨਫਰਮ ਕਰ ਲਓ ਠੀਕ ਹੈ ਜੀ ਇਹੀ ਜੇ ਬੱਚਾ ਬ੍ਰੈਂਟਨ ਜਾ ਰਿਹਾ ਉਹ ਵਿਚਾਰਾ ਤਰਲੋ ਮੱਛੀ ਹੋਇਆ ਹੋਇਆ ਕੰਮ ਨਹੀਂ ਮਿਲ ਰਿਹਾ ਪਿੱਛੇ ਜੇ ਆਟੇ ਦਾ ਰੋਲਾ ਪੈ ਗਿਆ ਬਹੁਤ ਕਹਿੰਦੇ ਆਟਾ ਹੀ ਹੈ ਨਹੀਂ ਉੱਥੇ ਬਿਲਕੁਲ ਕਿਉਂਕਿ ਪੋਪੂਲੇਸ਼ਨ ਹੀ ਨਹੀਂ ਉਹ ਸ਼ਹਿਰ ਇੰਨੇ ਪੋਪੂਲੇਸ਼ਨ ਨੂੰ ਐਂਟਰਟੇਨ ਕਰਨ ਲਈ ਬਣੇ ਨਹੀਂ ਤੁਸੀਂ ਇਨਫਰਾਸਟ੍ਰਕਚਰ ਉੱਥੇ ਬੱਸਸ ਦਾ ਹਾਲ ਵੇਖੋ ਜਿਹੜੇ ਬੱਚੇ ਉੱਥੇ ਬੱਸ ਲੈਂਦੇ ਨੇ ਟ੍ਰਾਂਜ਼ਿਟ ਯੂਜ਼ ਕਰਦੇ ਨੇ ਉਹ ਤੁਹਾਨੂੰ ਦੱਸ ਦੇਣਗੇ ਵੀ ਕੁਝ ਟਾਈਮਸ ਇਦਾਂ ਦੇ ਹੁੰਦੇ ਨੇ ਕਿ ਬੱਸਸ ਪੂਰੀਆਂ ਭਰੀਆਂ ਹੋਈਆਂ ਨੇ ਇੱਕ ਵੀਡੀਓ ਆਈ ਸੀ ਥੋੜੇ ਦਿਨ ਪਹਿਲਾਂ ਮੈਂ ਦੇਖੀ ਕਿ 10 12 ਬੱਚਿਆਂ ਦਾ ਗਰੁੱਪ ਔਰ ਸਟੋਰ ਟੂ ਸਟੋਰ ਜਾ ਰਿਹਾ ਸੀ ਕੰਮ ਹੈਗਾ ਜੀ ਕੰਮ ਹੈਗਾ ਜੀ ਇਹ ਸੱਚ ਸੀਗਾ ਇਸ ਤਰ੍ਹਾਂ ਹੋ ਰਿਹਾ ਉੱਥੇ ਬਿਲਕੁਲ ਹੋ ਰਿਹਾ ਬਿਲਕੁਲ ਹੋ ਰਿਹਾ ਕਿਉਂਕਿ ਕੰਮ ਤਾਂ ਮਿਲ ਨਹੀਂ ਰਿਹਾ ਹੁਣ ਉੱਥੇ ਕੀ ਆ ਕਿ ਲੈਟਸ ਸੇ ਤੁਸੀਂ ਬਿਜ਼ਨਸ owner ਹੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੱਚਿਆਂ ਨੇ ਕੀ ਡਿਗਰੀ ਕਰੀ ਆ ਕੀ ਆ ਤੁਸੀਂ ਇਹ ਦੇਖਣਾ ਵੀ ਉਹਦਾ ਸਕਿੱਲ ਲੈਵਲ ਕੀ ਆ ਹਮ ਹੁਣ ਆਪਣੇ ਵਾਲੇ ਬੱਚੇ ਸਕਿੱਲ ਲੈਵਲ ਡਿਵੈਲਪ ਕਰਨ ਦੇ ਵਿੱਚ ਨਾ ਅਨਫੋਰਚੂਨੇਟਲੀ ਬਹੁਤ ਪਿੱਛੇ ਰਹਿ ਗਏ ਕਿਸ ਤਰ੍ਹਾਂ ਦੇ ਸਕਿੱਲ ਕਰਨੇ ਚਾਹੀਦੇ ਡਿਵੈਲਪ ਜਿਹੜੇ ਹੈਂਡਸ-ਆਨ ਹੋਣ ਪਲੰਬਿੰਗ ਗਾਰਡਨਿੰਗ ਦੇ ਉਹ ਉਹ ਹੋ ਗਏ ਜੀ ਤੁਸੀਂ ਹੁਣ ਆਈਟੀ ਕਰਨੀ ਆ ਤੁਹਾਡਾ ਬੱਚਾ ਇਥੋਂ ਪਲੱਸ 2 ਕਰ ਰਿਹਾ ਆ ਆਪਾਂ ਕਹਿੰਦੇ ਆ ਜੀ ਆਈਟੀ ਕਰਨੀ ਆ ਬਟ ਉਹਨੂੰ ਕੋਈ ਕੋਡਿੰਗ ਨਹੀਂ ਆ ਰਹੀ ਉਹਨੂੰ ਕੋਈ ਲੈਂਗੁਏਜਸ ਨਹੀਂ ਆ ਰਹੀਆਂ ਬਹੁਤ ਘੱਟ ਬੱਚੇ ਨੇ ਮੈਂ ਸਾਰੇ ਨਹੀਂ ਕਹਾਗਾ ਬਟ ਬਹੁਤ ਘੱਟ ਨੇ ਜਿਹੜੇ ਐਕਸਟਰਾ ਐਫਰਟ ਲੈ ਕੇ ਕੁਝ ਕਰ ਰਹੇ ਨੇ ਆਦਰਵਾਇਜ਼ ਤਾਂ ਉਹ ਜੋ ਸਕੂਲ ਚ ਪੜਾਇਆ ਜਾ ਰਹੇ ਆ ਉਹ ਆਪਣੇ ਆਪ ਨੂੰ ਉੱਥੇ ਤੱਕ ਹੀ ਲਿਮਟਿਡ ਰੱਖਦੇ ਨੇ ਜਿਹੜਾ ਆਪ ਸੈਲਫ ਸਟਡੀ ਕਰਨੀ ਆ ਆਪ ਐਕਸਪਲੋਰੇਸ਼ਨ ਕਰਨੀ ਆ ਉਹ ਤਾਂ ਸਾਡੀ ਬੰਦ ਹੋਈ ਹੋਈ ਆ ਜਿਹੜਾ ਇਹ ਹਰ ਰੋਜ਼ ਅਸੀਂ ਇਹ ਵੀ ਦੇਖ ਰਹੇ ਹਾਂ 3 ਲੱਖ ਚ ਜਾਓ 2.5 ਲੱਖ ਚ ਜਾਓ 4 ਬੈਂਡ 4.5 5 4 ਤਾਂ ਨਹੀਂ 5 5.5 ਬੈਂਡ ਦੇ ਵਿੱਚ ਜਾਓ ਔਰ ਉਹ ਵੈਨਚੂਰੀ ਪਹੁੰਚ ਵੀ ਜਾਂਦੇ ਕਈ ਵਾਰੀ ਫਿਰ ਇੱਕ ਪਾਸੇ ਉਹ ਬੈਠੇ ਨੇ ਜਿਹੜੇ 3-4 ਲੱਖ ਚ ਕਹਿ ਰਹੇ ਆ ਜਾਓ ਇੱਕ ਪਾਸੇ ਅਸੀਂ ਲੋਕਾਂ ਨੂੰ ਕਹੀਏ ਕਿ ਨਾਰਥ ਅਟਲੈਂਟਿਕ ਜਾਓ ਬੜਾ ਵੱਡਾ ਡਿਫਰੈਂਸ ਆ ਗਿਆ ਇਹਦੇ ਵਿੱਚ ਦੇਖੋ ਜਿਹੜੀ ਸੀਐਨਏ ਦੀ ਵੀ ਇੱਕ ਇੱਕ ਸਾਲ ਦੀ ਫੀਸ ਹੈ ਜੇ ਆਪਾਂ ਮੰਨ ਕੇ ਚੱਲੀਏ ਕਿ ਐਵਰੇਜ 10000 ਹੈ ਜੇ ਆਪਾਂ ਚੱਲੀਏ ਵੀ ਡਾਲਰ ਐਕਸਚੇਂਜ 60 ਹੈ ਤਾਂ 6 ਲੱਖ ਬਣਦੀ ਆ ਹੁਣ ਜਿਹੜਾ ਬੰਦਾ ਤੁਹਾਨੂੰ 4 ਲੱਖ ਚ ਭੇਜ ਰਿਹਾ ਪਹਿਲਾਂ ਤਾਂ ਚੈੱਕ ਕਰੋ ਵੀ ਕਾਲਜ ਕਿਹੜਾ ਫਿਰ ਇਹ ਦੇਖੋ ਵੀ ਕਾਲਜ ਨੂੰ ਫੀਸ ਗਈ ਹੋਈ ਆ ਜਿਹੜਾ ਡੈਪੂਟੇਸ਼ਨਸ ਦਾ ਰੋਲਾ ਪਿਆ ਜਾਂ ਹੋਰ ਪਿਆ ਬਹੁਤ ਜਿਹੜਾ ਫਰਾਡ ਹੋ ਰਿਹਾ ਉਹ ਇਥੋਂ ਇਹ ਆ ਵੀ 4 ਲੱਖ ਲੈ ਕੇ ਬੱਚਾ ਤੁਹਾਡਾ ਕੈਨੇਡਾ ਪਹੁੰਚ ਜਾਂਦਾ ਉੱਥੇ ਜਾ ਕੇ ਦੇਖਦਾ ਵੀ ਨਾ ਤਾਂ ਮੇਰੀ ਕਾਲਜ ਐਡਮਿਸ਼ਨ ਆ ਨਾ ਮੇਰੀ ਫੀਸ ਪੇ ਹੋਈ ਹੋਈ ਆ ਫਿਰ ਆਪਾਂ ਰੋਲਾ ਪਾ ਲੈਨੇ ਆ ਜੀ ਵੀ ਬੱਚੇ ਦਾ ਫਿਊਚਰ ਖਰਾਬ ਹੋ ਗਿਆ ਫਿਰ ਆਪਾਂ ਇਥੇ ਐਫ ਆਈ ਆਰਸ ਕਰਾਉਂਦੇ ਫਿਰਦੇ ਆ ਉਹਦੇ ਨਾਲੋਂ ਪਹਿਲਾਂ ਹੀ ਰਿਸਰਚ ਕਰ ਲਓ ਤੁਹਾਨੂੰ ਮੈਂ ਕਹਤਾ ਜੀ ਵੀ ਮੈਂ 4 ਲੱਖ ਚ ਬੱਚਾ ਭੇਜ ਰਿਆ ਹਾਂ ਲਿਆਓ ਜੀ ਕਾਲਜ ਦੱਸੋ ਕਿਹੜਾ ਪਤਾ ਲੱਗ ਗਿਆ ਜੀ ਵੀ ਲੈਟ ਸੇ ਫੋਰ ਐਗਜ਼ਾਮਪਲ ਕਾਲਜ ABC ਹੈ ਉਹਦੀ ਵੈਬਸਾਈਟ ਤੇ ਜਾ ਕੇ ਫੀਸ ਦੇਖ ਲਓ ਉਹਨੂੰ ਤਾਂ 2 ਮਿੰਟ ਹੀ ਲੱਗਣੇ ਨੇ ਨਾ ਉਹ ਤਾਂ ਆਪਾਂ ਰਿਸਰਚ ਇੰਨੀ ਕੁ ਤਾਂ ਕਰ ਹੀ ਸਕਦੇ ਆ ਬਟ ਉਹ ਅਸੀਂ ਕਰਨੀ ਨਹੀਂ ਅਸੀਂ ਕਹਿੰਦੇ ਹਾਂ ਹਾਂ ਪਰ ਮੈਨੂੰ ਲੱਗਦਾ ਲੋਕ ਇੰਨਾ ਵੀ ਨਹੀਂ ਕਰਦੇ ਬਿਲਕੁਲ ਨਹੀਂ ਕਰ ਰਹੇ ਸਿਰਫ ਇੱਕ ਸਰੈਂਡਰ ਕਰ ਦਿੰਦੇ ਏਜੰਟ ਦੇ ਅੱਗੇ ਜਾ ਕੇ ਵੀ ਆ ਲਓ ਐਂਡ ਦੈਟ ਇਜ਼ ਤੁਹਾਨੂੰ ਕੋਈ ਸਵਾਲ ਕਰੇ ਜਵਾਬ ਦਿੰਨੇ ਹੋ ਜੇ ਕੋਈ ਆਵੇ ਜੇ ਮੈਂ ਕਵਾਂ ਮੇਰੇ ਬੱਚੇ ਦਾ ਕੋਰਸ ਦੱਸੋ ਕਿਹੜਾ ਹੂੰ ਮੈਂ ਤਾਂ ਇਸ ਕੋਰਸ 'ਚ ਹੀ ਲੈਣਾ ਐ ਐਡਮਿਸ਼ਨ ਜਦੋਂ ਤੁਸੀਂ ਐਡਮਿਸ਼ਨ ਹੁਣ ਆਫੇਅਰਸ ਦੇ ਵਿੱਚ ਜਾਂ ਤੁਸੀਂ ਆਪਦੀ ਮਰਜ਼ੀ ਨਾਲ ਕਹਿੰਦੇ ਹੋ ਕਿ ਫਾਈਲ ਦੇ ਦਿਓ ਕੋਰਸ ਅਸੀਂ ਆਪੇ ਦੱਸ ਦੇਵਾਂਗੇ ਤੁਹਾਨੂੰ ਕਿਹੜਾ ਦੇਣਾ ਨਹੀਂ ਬਿਕੋਜ਼ ਯੂ ਕੈਨ ਨੈਵਰ ਫਿਟ ਅ ਰਾਊਂਡ ਹੋ ਸਕੁਅਰ ਪੈਗ ਇਨ ਅ ਰਾਊਂਡ ਹੋਲ ਮੈਂ ਮੰਨਦਾ ਫਿਊਚਰ ਤੁਹਾਡੇ ਬੱਚੇ ਦਾ ਪੈਸੇ ਤੁਹਾਡੇ ਮੈਂ ਕੌਣ ਹੁਣਾਂ ਡਿਸੀਜਨ ਲੈਣ ਵਾਲਾ ਮੈਂ ਤੁਹਾਨੂੰ ਆਪਸ਼ਨਸ ਦੇ ਸਕਦਾ ਗਾਈਡ ਕਰ ਸਕਦਾ ਬਟ ਅਲਟੀਮੇਟਲੀ ਡਿਸੀਜਨ ਤੁਹਾਡਾ ਹੋਣਾ ਚਾਹੀਦਾ ਬਟ ਇੱਥੇ ਹੋਲਟ ਰਿਹਾ ਇੱਥੇ ਡਿਸੀਜਨ ਤੁਸੀਂ ਤਾਂ ਲਈ ਨਹੀਂ ਰੇ ਤੁਸੀਂ ਤਾਂ ਕੰਸਲਟੈਂਟ ਨੂੰ ਕਹਿ ਰਹੇ ਹੋ ਵੀ ਤੂੰ ਮੇਰੇ ਬੱਚੇ ਲਈ ਬ ਮੇਰਾ ਅਗਰ ਪ੍ਰਾਈਵੇਟ ਬਿਜ਼ਨਸ ਹੈ ਉਸਦਾ ਕੋਈ ਇੰਟਰਸਟ ਨਹੀਂ ਹੈ ਕਿ ਤੁਹਾਡੇ ਬੱਚੇ ਲਈ ਕੀ ਬੈਸਟ ਹੈ ਮੈਂ ਬਾਰ-ਬਾਰ ਇਹ ਕਹਿ ਰਿਹਾ ਉਹਦਾ ਇੰਟਰਸਟ ਸਿਰਫ ਇਹ ਆ ਕਿ ਮੈਨੂੰ ਮੋਨਟਰੀ ਗੇਨਸ ਕਿੱਥੋਂ ਵੱਧ ਤੋਂ ਵੱਧ ਹੋ ਰਹੇ ਨੇ ਹਾਂ ਆ ਮੈਂ ਇੱਥੇ ਦੇਖ ਰਿਹਾ ਕਿ ਇੰਨੇ ਕੰਸਲਟੈਂਟਸ ਨੇ ਉਹਨਾਂ ਦੇ ਵਿੱਚੋਂ ਬਹੁਤ ਨੇ ਜਿਹੜੇ ਪ੍ਰਾਈਵੇਟ ਕਾਲਜ ਭੇਜ ਰਹੇ ਨੇ ਪ੍ਰਾਈਵੇਟ ਕਾਲਜ ਤਾਂ ਦੇਖੋ ਕੈਨੇਡੀਅਨ ਜਿਹੜੇ ਉੱਥੋਂ ਦੇ ਬੋਰਨਰ ਬਰੌਟਰ ਬੱਚੇ ਨੇ ਉਹ ਪ੍ਰਾਈਵੇਟ ਕਾਲਜ ਨਹੀਂ ਜਾ ਰਹੇ ਜੇ ਪ੍ਰਾਈਵੇਟ ਕਾਲਜ ਇੰਨਾ ਹੀ ਵਧੀਆ ਹੋਵੇ ਉਹ ਕਿਉਂ ਨਾ ਜਾਣ ਜੇ ਪ੍ਰਾਈਵੇਟ ਯੂਨੀਵਰਸਿਟੀ ਉੱਥੋਂ ਦੀ ਇੰਨੀ ਵਧੀਆ ਹੋਵੇ ਤਾਂ ਕੈਨੇਡੀਅਨਸ ਕਿਉਂ ਨਾ ਉੱਥੇ ਸਟੱਡੀ ਕਰਨ ਨਹੀਂ ਕਰਦੇ ਉਹ ਨਹੀਂ ਕਰ ਰਹੇ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਨੇ ਨਹੀਂ ਐਦਾਂ ਦਾ ਕੁਝ ਨਹੀਂ ਹੈ ਜੀ ਬੱਚੇ ਨੇ ਆਪਦੀ ਫੀਸ ਆਪਦੇ ਅਕਾਊਂਟ ਚੋਂ ਡਾਇਰੈਕਟ ਕਾਲਜ ਭੇਜਣੀ ਆ ਜੀ ਆਈਸੀ ਆਪਦੀ ਡਾਇਰੈਕਟ ਕਰਾਉਣੀ ਆ ਜਿਹੜੀ ਸਾਡੀ ਫੀਸ ਆ ਪ੍ਰੋਸੈਸਿੰਗ ਫੀਸ ਉਹਨੇ ਦੇਣੀ ਆ ਕੋਈ ਆਫਟਰ ਵੀਜ਼ਾ ਨਹੀਂ ਕੋਈ ਕੁਝ ਨਹੀਂ ਮੇਰਾ ਇੱਕ ਪ੍ਰਾਈਵੇਟ ਬਿਜ਼ਨਸ ਹੈ ਆਈ ਐਮ ਨਾਟ ਉਹਦੇ ਵਿੱਚ ਜਿਹੜੀ ਮੈਨੂੰ ਫੀਸ ਜਿਹੜੀ ਮੇਰੀ ਬਣਦੀ ਹੈ ਉਹ ਮੈਂ ਤੁਹਾਡੇ ਬੱਚੇ ਤੋਂ ਲੈਣੀ ਹੈ ਐਵੇਂ ਫਾਲਸ ਪ੍ਰੋਮਿਸ ਟਰਾਂਸਪੇਰਸੀ ਹੈ ਪੂਰੀ ਇਸ ਗੱਲ ਦੀ ਪੂਰੀ ਟਰਾਂਸਪੇਰਸੀ ਹੈ ਜੀ ਜਿਵੇਂ 15 17 ਲੱਖ 18 20 ਲੱਖ ਵੀ ਲਈ ਜਾਂਦੇ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ 20 ਲੱਖ ਰੁਪਏ ਦਿਓ ਤੇ ਤੁਹਾਡਾ ਬੱਚਾ ਉੱਥੇ ਪਹੁੰਚਾ ਦੇਾਂਗੇ ਤੇ ਫਿਰ ਇਹੀ ਹੁੰਦਾ ਨਾ ਜਦੋਂ ਪਹੁੰਚਦੇ ਨੇ 20 ਲੱਖ ਲਾ ਕੇ ਤੇ ਕਾਲਜ ਕਹਿੰਦਾ ਤੁਸੀਂ ਸਾਡੇ ਕੋਲ ਹੈ ਹੀ ਨਹੀਂ ਫਿਰ ਅਸੀਂ ਰੌਲਾ ਪਾਉਂਦੇ ਫਿਰਦੇ ਆ ਵੀ ਸਾਡਾ ਤਾਂ 20 ਲੱਖ ਵੀ ਡੁੱਬ ਗਿਆ ਹੁਣ ਇੱਕ ਪ੍ਰਾਈਵੇਟ ਇਨਵੈਸਟਰਸ ਨੇ ਜਿਹੜੇ ਉਹ ਤੁਹਾਨੂੰ ਵੀ ਪਤਾ ਲਾਸਟ ਟਾਈਮ ਵੀ ਆਪਾਂ ਗੱਲ ਕਰੀ ਸੀ ਕਿ ਪ੍ਰਾਈਵੇਟ ਇਨਵੈਸਟਰਸ ਐਜੂਕੇਸ਼ਨ ਚ ਇਨਵੋਲਵ ਹੋ ਗਏ ਨੇ ਬੱਚਾ ਤੁਹਾਡਾ ਭੇਜਣਾ ਤੁਸੀਂ ਫਿਊਚਰ ਉਹਦਾ ਬਣ ਰਿਹਾ ਤੁਹਾਡੀਆਂ ਫਿਊਚਰ ਜਨਰੇਸ਼ਨਸ ਦਾ ਬਣ ਰਿਹਾ ਇੱਕ ਥਰਡ ਪਾਰਟੀ ਕਿਉਂ ਤੁਹਾਡੇ ਤੇ ਪੈਸਾ ਇਨਵੈਸਟ ਕਰੂਗੀ ਇੱਥੇ ਤਾਂ ਕੋਈ ਰੁਪਈਆ ਨਹੀਂ ਇਨਵੈਸਟ ਕਰਦਾ ਅਸੀਂ ਇਹ ਕਹਿ ਰਹੇ ਹਾਂ ਇੱਕ ਥਰਡ ਪਾਰਟੀ ਤੁਹਾਡੇ ਬੱਚੇ ਦੀ ਕਾਲਜ ਦੀ ਫੀਸ ਪੇ ਕਰੇ ਜੀਆਈਸੀ ਫੀਸ ਪੇ ਕਰੇ ਵੀਜ਼ਾ ਪ੍ਰੋਸੈਸਿੰਗ ਚਾਰजेस ਫੀਸ ਪੇ ਕਰੇ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਵੀਜ਼ਾ ਲੱਗ ਗਿਆ ਤਾਂ ਤੁਸੀਂ ਉਹਨੂੰ ਫੀਸ ਦੇਵੋਗੇ ਕੱਲ ਕਿਸੇ ਨੂੰ ਹਾਰਟ ਅਟੈਕ ਆ ਜਾਵੇ ਉਹ ਕਿਹੜਾ ਡਾਕਟਰ ਆਪਾਂ ਪਟਿਆਲੇ ਚੰਡੀਗੜ੍ਹ ਘੁੰਮ ਲੈਣੇ ਆ ਮੇਰਾ ਖਿਆਲ ਆਪਾਂ ਨੂੰ ਕੋਈ ਲੱਭੂਗਾ ਨਹੀਂ ਜਿਹੜਾ ਕਹੂਗਾ ਜੀ ਮੈਂ ਬਾਈਪਾਸ ਸਰਜਰੀ ਤਾਂ ਕਰ ਦਿੰਨਾ ਜੇ ਪੇਸ਼ੈਂਟ ਬਚ ਗਿਆ ਮੈਨੂੰ ਪੈਸੇ ਉਦੋਂ ਦੇ ਦੇ ਉਹ ਹੂੰ ਕੋਈ ਨਹੀਂ ਕਰ ਰਿਹਾ ਨਾ ਅਗਲੇ ਨੇ ਤਾਂ ਆਪਦਾ ਕੰਮ ਕਰਤਾ ਡਾਕਟਰ ਟ్రਾਈਡ ਹਿਸ ਬੈਸਟ ਬਿਲਕੁਲ ਸੋ ਜਦੋਂ ਹੁਣ ਪੈਕੇਜ ਸਿਸਟਮ ਵਾਲਾ ਬੱਚਾ ਜਾ ਰਿਹਾ ਉਹਦੇ ਵਿੱਚ ਫੀਸ ਨਹੀਂ ਪੇ ਹੋ ਰਹੀ ਜੀ ਆਈ ਸੀਜ਼ ਨਹੀਂ ਪੇ ਹੋ ਰਹੀਆਂ ਕਿਉਂਕਿ ਉਹਨਾਂ ਨੇ ਤਾਂ ਆਪਦੀ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਹੈ ਉਹ ਮੈਕਸਮਾਈਜ਼ ਕਰਨੀ ਹੈ ਤੁਹਾਨੂੰ ਇਹ ਕਹਿ ਕੇ ਭੇਜਦਾ ਤੇ ਜਿੱਦਣ ਬੱਚਾ ਪਹੁੰਚ ਜਾਂਦਾ ਉਹਨੂੰ ਨਾਲ ਦੀ ਨਾਲ ਮੈਸੇਜ ਆ ਜਾਂਦਾ ਵੀ ਕਾਲਜ ਨਾ ਜਾਈ ਤੂੰ ਹੁਣ ਕਾਲਜ ਚੇਂਜ ਕਰ ਲਾ ਪੇਰੈਂਟਸ ਨੂੰ ਕਹਿ ਦਿੱਤਾ ਜਾਂਦਾ ਜਦੋਂ ਉਹ ਸਵਾਲ ਪੁੱਛਦੇ ਨੇ ਵੀ ਤੁਸੀਂ ਤਾਂ ਜੀ ਆਹ ਲੈ ਲਿਆ ਤੁਹਾਡਾ ਬੱਚਾ ਪਹੁੰਚ ਗਿਆ ਨਾ ਜੀ ਬਸ ਗੱਲ ਮੁਕਾਓ ਬਿਲਕੁਲ ਤਾਂ ਬਹੁਤ ਵੱਡੇ ਸਵਾਲ ਅੱਜ ਜਿਹੜੇ ਅਸੀਂ ਕੀਤੇ ਨੇ ਬੰਦ ਸਾਹਿਬ ਨੂੰ ਔਰ ਇਹਦੇ ਜਵਾਬ ਨੇ ਆਖਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਗੱਲ ਰੱਖਣੀ ਚਾਹੁੰਦੇ ਹੋ ਤਾਂ ਮੈਂ ਇਹ ਕਹਿਣਾ ਜੀ ਕਿ ਕਾਲਜ ਆਫ ਦਾ ਨਾਰਥ ਅਟਲੈਂਟਿਕ ਤੁਸੀਂ ਕੰਪੇਅਰ ਕਰੋ ਬਾਕੀ ਕਾਲਜੇਸ ਦੇ ਨਾਲ ਤੁਸੀਂ ਵੀ ਐਸੇ ਨਤੀਜੇ ਤੇ ਪਹੁੰਚੋਗੇ ਕਿ ਇਹ ਬਹੁਤ ਵਧੀਆ ਕਾਲਜ ਹੈ ਟਿਊਸ਼ਨ ਫੀਸ ਘੱਟ ਹੈ ਪੀਆਰ ਸੌਖੀ ਹੈ ਬੱਚਿਆਂ ਨੂੰ ਆਫ ਕੈਂਪਸ ਕੰਮ ਵੀ ਮਿਲ ਰਿਹਾ ਤੇ ਬਾਅਦ ਦੇ ਵਿੱਚ ਕਰੀਅਰ ਵੀ ਵਧੀਆ ਬਣ ਰਿਹਾ ਇਹਨਾਂ ਦੇ ਇੰਟਰਨੈਸ਼ਨਲ ਜਿਹੜਾ ਇਹਨਾਂ ਦਾ ਸੈਂਟਰ ਹੈ ਉਹਦੇ EMPLOYEES ਆ ਰਹੇ ਨੇ ਫੇਅਰਸ ਹੋਣ ਜਾ ਰਹੇ ਨੇ ਜੰਮੂ ਪੰਜਾਬ ਐਂਡ ਹਰਿਆਣਾ ਦੇ ਵਿੱਚ ਹੁਣ ਤੁਸੀਂ ਆਓ ਆਪਦੇ ਬੱਚੇ ਨੂੰ ਲੈ ਕੇ ਆਓ ਜਿਹੜਾ ਵੀ ਤੁਹਾਨੂੰ ਕੋਈ ਕੁਐਸਚਨਸ ਨੇ ਆਪਦੇ ਆ ਕੇ ਬੇਝਜਖੋ ਕੇ ਉਹਨਾਂ ਨੂੰ ਪੁੱਛੋ ਜੇ ਸੈਟੀਸਫੈਕਟਰੀ ਉਹ ਆਨਸਰ ਹੁੰਦੇ ਨੇ ਤੁਸੀਂ ਸੈਟੀਸਫਾਈ ਹੁੰਨੇ ਹੋ ਉਸ ਤੋਂ ਬਾਅਦ ਐਡਮਿਸ਼ਨ ਫਾਰਮ ਫਿਲ ਕਰੋ ਅਦਰਵਾਈਜ਼ ਆਪਾਂ ਨਾ ਕਰੀਏ ਬਹੁਤ ਧੰਨਵਾਦ ਸਾਨੂੰ ਸਮਾਂ ਦਿੱਤਾ ਤੁਸੀਂ ਸੂਰੀਓ ਆਏ ਸੋ ਬਹੁਤ ਬਹੁਤ ਗੱਲਾਂ ਨੇ ਕੱਲਾ ਬ੍ਰੈਮਟਨ ਕੈਨੇਡਾ ਨਹੀਂ ਹੈ ਔਰ ਜੇ ਕੋਈ ਮੁਸ਼ਕਲ ਹਾਲਾਤ ਆ ਰਿਹਾ ਹੈ ਤਾਂ ਉਹਦਾ ਆਲਟਰਨੇਟ ਦੇਖਣਾ ਚਾਹੀਦਾ ਹੈ ਪੜਨ ਖਾਤਰ ਜਾਓ ਜਦੋਂ ਇਸ ਥੋਟ ਨਾਲ ਜਾਉਂਗੇ ਕਿ ਪੜ੍ਹਾਈ ਕਰਨੀ ਹੈ ਵਾਈਟ ਕਾਲਰ ਜੌਬਸ ਲੈਣੀਆਂ ਉੱਥੋਂ ਦੇ ਸਿਸਟਮ 'ਚ ਜਾ ਕੇ ਫਿੱਟ ਹੋਣਾ ਹੈ ਤਾਂ ਹੋਰ ਬਿਹਤਰ ਜ਼ਿੰਦਗੀ ਉੱਥੇ ਜਾ ਕੇ ਬਣ ਸਕਦੀ ਹੈ ਕੈਨੇਡਾ ਬਦਨਾਮ ਕਰ ਦਿੱਤਾ ਗਿਆ ਹਾਲਾਤ ਬਦਨਾਮੀ ਵੱਲ ਕੀਤੇ ਗਏ ਪਰ ਇਸ ਨੂੰ ਹੋਰ ਬਿਹਤਰ ਉਸ ਉਸ ਬਹੁਤ ਪਿਆਰੇ ਸੋਨੇ ਮਲਕ ਨੂੰ ਅਸੀਂ ਉਹਦੀ ਇਮੇਜ ਨੂੰ ਗੁੱਡ ਬਿਲਡਿੰਗ ਦੇ ਵੱਲ ਲੈ ਕੇ ਜਾਈਏ ਇਸ ਪੇਜਕਸ ਚੰਨ ਇਜਾਜ਼ਤ ਦਿਓ ਧੰਨਵਾਦ